ਹਾਈਟ ਸੱਤ ਫੁੱਟ 6 ਇੰਚ ਹੈ ਤੇ ਇਹਨਾਂ ਦਾ ਭਾਰ ਲਗਭਗ 2 ਕੁਆਂਟਲ ਹੈ 70 ਕਿਲੋ ਇੱਕ ਬੰਦੇ ਦਾ ਭਾਰ ਹੋਣਾ ਹੈ ਤੇ ਵੀਰ ਹੁਣ ਆਸਾਨੀ ਨਾਲ ਜਿਹੜਾ ਹੈਗਾ ਚੱਕ ਲੈਂਦੇ ਵੀਰੇ ਮੁਸ਼ਕਿਲ ਮੁਸ਼ਕਿਲ ਹੈ ਨਾ ਮੁਸ਼ਕਲ ਹੋਏ ਬੰਦਾ ਬੋਲ ਸਕਦਾ ਸਹੀ ਗੱਲ ਹੈ ਨਾ ਗੱਲ ਨਹੀਂ ਦਈ ਜੀ ਇਹ ਨਾਰਮਲ ਆ ਕੇ ਦੋਵੇਂ ਮੇਰੇ ਬਰਾਬਰ ਆ ਇੰਨਾ ਕੁ weight ਚੱਕਣਾ ਤਾਂ ਡੀਲੀਜੀ ਹੈ ਨਾ ਕੋਈ ਔਖਾ ਨਹੀਂ ਹੈ ਜੀ ਇਹ ਤਾਂ ਕਾਰਾ ਰੋਕਣੇ ਨੂੰ ਦੱਸਿਆ 2 ਵਜੇ ਤੇ ਕਾਰਾ ਰੋਕਾ ਕੇ ਜਾਣਾਂ ਨਾ ਰੋਕਾਂਗੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਕੱਲ੍ਹ ਨੂੰ ਚੱਕਿਓ ਅੱਛਾ ਇਹ ਤਾਂ ਵੀਰੇ ਆਇਆ ਚੱਕਰ ਜਿਦਾ ਨਿਆਰਾ ਗੋਦੀ ਚ ਕਿਹ ਹੁੰਦਾ ਅੱਛਾ ਤਾ ਮੈਨੂੰ ਕਿੰਦੀ ਫੀਲਿੰਗ ਆਂਦੀ ਮੇਉੱਚ ਚੱਕੋ ਕੇ ਮਾਹਵਾਰੀ ਤੇ ਵਧੀਆ ਮਾਹਵਾਰੀ ਵਧੀਆ ਮਾਹਵਾਰੀ 10 ਇੰਚ ਦਾ ਹੱਥ ਹੀ ਆ ਕੱਲਾ ਇੱਥੇ ਆ ਜੀ ਪੂਰੀ ਏ ਅ ਇਹ ਚੱਲ ਗਾਲੋ ਕਿੱਥੇ ਕਿੱਥੇ ਰੱਖਿਓ ਇਹਨਾਂ ਗਾਲਿਆ ਜੀ 12 12 ਜਿਹੜੇ ਹੈਗੇ ਇੰਚ ਦੇ 게ਟ ਹੈ ਇਹਨਾਂ ਦੀ ਇੱਕ ਫੋਟੋ ਵੀ 게ਟ ਹੈ ਤੇ ਪੈਰ ਦਾ ਦੇਖਦੇ ਆਪਾਂ ਕਿੰਨਾ ਹੈ 15 ਇੰਚ ਦੇ ਵੀਰ ਹੁਣਾ ਦੇ ਪੈਰ ਹੈ ਤੇ ਆਪਾਂ ਤੁਸੀਂ ਮੈਂ ਕਿ ਨਹੀਂ ਉੱਪਰ ਉੱਪਰੋਂ ਫੀਤਾ ਲਗਾਉਂਗੇ ਕੁਰਸੀ ਲੈ ਆਉਣੀ ਪੈਣੀ ਇੱਕ ਵਾਰੀ ਕੁਰਸੀ ਲੈ ਆਓ ਫੀਤਾ ਖਤਮ ਹੋ ਜਾਂਦਾ ਹੈ ਤੇ ਵੀਰ ਹੁਣਾ ਦੀ ਹਾਈਟ ਜਿਹੜੀ ਆ ਸੁਖ ਨਾਲ ਬਹੁਤ ਹੈ ਜੀ ਕਹਗੜਾ ਵੀ ਗੋਰਿਆਂ ਦੀਆਂ ਜੀ ਕੀ ਕਰੀ ਕੀ ਜਾਂਦੇ ਆ ਸਿੰਘ ਅਸੀਂ ਨਾ ਮੈਂ ਤੇ ਮੇਰਾ ਬ੍ਰਦਰ ਸੀ ਵੱਡਾ ਅਸੀਂ ਜਾ ਰਹੇ ਸਾਡੀ ਗੱਡੀ ਸਾਈਡ ਮਾਰਦੀ ਕਿਸੇ ਨੇ ਤਾਂ ਮੈਂ ਸਾਈਡਰ ਸੀਟ ਤੇ ਲੇਟਿਆ ਸੀਗਾ ਤੇ ਚਲ ਤੂੰ ਤੂੰ ਮੈਂ ਮੈਂ ਹੋ ਗਈ ਤੇ ਉਹ ਬੰਦੇ ਤਾਂ ਮੇਰੇ ਬਦਰ ਤੇ ਤੋੜਾ ਗਾਲ-ਗੁੱਲ ਪੈਣ ਨੂੰ ਫਿਰਦੇ ਸੀਗੇ ਤੇ ਉਹਨੇ ਮੈਨੂੰ ਨਾ ਬੁਲਾਇਆ ਕਹਿੰਦਾ ਆ ਜਾ ਉਹ ਤੋਂ ਨਿਕਲ ਜੀ ਤਾਂ ਮੈਂ ਖੁੱਟਿਆ ਗਿਆ ਮੈਂ ਬਾਹਰ ਨਿਕਲਿਆ ਜੀ ਉਹ ਵੇਖ ਰਿਹਾ ਮੇਰੇ ਨਾਲ ਉਹ ਪੰਜ ਛੇ ਬੰਦੇ ਸੀਗੇ ਉਹ ਕਹਿੰਦਾ ਭਾਈ ਜੀ ਆਪਣੇ ਬੰਦੇ ਨੂੰ ਸਮਝਾਓ ਕਿ ਤੁਹਾਡੇ ਬੰਦੇ ਦਾ ਮੂੰਹ ਬਾੜਦਾ ਕਿਦਾ ਅਚਾ ਇੰਨਾ ਵੇਟ ਚੱਕ ਲਵਾਂਗੇ ਤੁਸੀਂ ਇਹਦਾ ਵਾਅਦਾ ਹੈ ਉਹ ਬੱਲੇ ਮੇਰਾ ਕਿੰਨਾ ਵੀ ਇਹਦਾ ਮੇਰਾ 95 ਕਿਲੋ ਆ ਬੱਲੇ 95 ਕਿਲੋ ਇੱਕ ਹੱਥ ਨਾਲ ਤਾਂ ਵੀ ਕੋਈ ਕੋਈ ਸਾ ਨਹੀਂ ਕੋਈ ਗੱਲ ਬਾਤ ਨਹੀਂ ਚੜ੍ਹਦੀ ਕਲਾ ਮੈਂ ਕੁਰਸੀ ਤੇ ਚੜਾਂ ਤੇ ਫੇਰ ਵੀ ਫੇਰ ਵੀ ਮੈਂ ਛੋਟੀ ਰਹਿ ਜਾਨੀ ਆ ਫੇਰ ਵੀ ਵੀਰ ਦੀ ਇੱਛਾ ਜਿਹੜੀ ਉਹ ਪੂਰੀ ਨਹੀਂ ਹੁੰਦੀ ਕਿ ਵਾ ਕਿਸੇ ਨਾਲ ਉੱਪਰ ਮੂੰਹ ਚੱਕ ਕੇ ਗੱਲ ਕਰ ਸਕਾ ਹੈ ਨਾ ਵੀਰੇ ਤਾਂ ਵੀ ਲੈਵਲ ਛੋਟਾ ਜੀ ਆ ਜੀ ਮੈਂ ਵੇਖਿਆ ਬਾਹ ਤੱਕ ਹੀ ਨਹੀਂ ਮੈਂ ਜੀ ਕੁਰਸੀ ਲੈ ਲਓ ਜੀ ਇਹਨਾਂ ਚੰਗਾ ਦੇ अच्छा जे जे वीर ਹੁਣੇ ਬੈਠੇ ਨਾ ਹਾਂ ਹੁਣ ਬਰਾਬਰ ਜਿਹੜੀ ਹੁੰਦੀ ਆ ਬੈਲੈਂਸ ਹੁੰਦਾ ਆ ਹੈਨਾ ਵੀਰ ਫਿਰ ਜਦੋਂ ਕਿਸੇ ਨਾਰਮਲ ਹੀ ਘਰ ਚ ਗੱਲ ਕਰਨੀ ਹੁੰਦੀ ਤੇ ਫਿਰ ਐਵੇਂ ਕਰਦੇ ਉਹ ਐਵੇਂ ਹੀ ਕਰਨੀ ਪਏਗੇ ਜੀ ਟ੍ਰੇਨ ਚ ਸਫਰ ਕਰਦੇ ਸੀ ਟੀਟੀ ਦੇਖ ਕੇ बेहोश ਹੋ ਗਿਆ ਸੀਗਾ ਤੁਹਾਡੀਆਂ ਲੱਤਾਂ ਬਾਹਰ ਸੀਗੀਆਂ ਬਈ ਜੀ ਹੋਰ ਅ ਸੱਚ ਰਾਤ ਸੀ ਗਿਆ ਤੇ ਰਾਤ ਸੁੱਤਾ ਸੀਗਾ ਮੈਂ ਵੀ ਤੇ ਉਹ ਟ੍ਰੇਨ ਦਾ ਬਰਤ ਹੁੰਦਾ ਤੁਹਾਨੂੰ ਪਤਾ ਹੜਲੀ 6 ਜਾਂ 6.5 ਫੁੱਟ ਤੇ ਹੋਰ 1.5 ਫੁੱਟ ਜ਼ਿਆਦਾ ਸਵਾ ਫੁੱਟ ਨੱਤਾ ਬਾਹਰ ਸੀਗੇ ਮੇਰੀਆ ਉਹ ਨੇਰਾ ਸੀਗਾ ਟੇਟ ਨਹੀਂ ਪਤਨ ਲਗਾ ਟੇੜੀ ਸਾ ਬੜੇ ਜ਼ੋਰ ਚ ਆਏ ਨੱਤਾ ਦੇ ਵਜੇ ਡਿੱਗ ਪਏ ਤੇ ਮੈਂ ਦਾ ਉੱਠਿਆ ਜਲਦੀ ਜਲਦੀ ਚ ਮੱਠਾਇਆ ਉਹ ਬੰਦਾ ਮੈਨੂੰ ਦੇਖ ਦੇਖ ਕੇ ਫੇਰ ਡਿੱਗ ਪਿਆ ਪਹਿਲਾਂ ਨਾਰਮਲ ਦੇਖਿਆ ਮਿਲ ਕੇ ਬਿਓਜੋ ਕਰੇਗਾ ਪਿਆ ਬਤਾਓ ਅੱਛਾ ਮੈਂ ਇਹ ਤੇ ਪੰਗਾ ਪੈਗਾ ਯਾਰ ਇਹ ਤੇ ਜਦ ਮਾਲਕ ਨੇ ਅਸੀਂ ਪਛਾਣ ਦੇਤੀਏ ਜਿੰਨੂੰ ਇੱਕ ਵਾਰ ਮਿਲ ਲੇਦਾ ਏ ਉਹ ساری ਜ਼ਿੰਦਗੀ ਯਾਦ ਰੱਖਦਾ ਹੈ ਅੱਛਾ ਵੀਰੇ ਫਿਰ ਆਪਣੀ ਖੁਰਾਕ ਕਿੰਨੀ ਕਾ ਨਾਰਮਲ ਖਾਈਦਾ ਪੰਜ ਛੇ ਪ੍ਰਸ਼ਾਦੇ ਖਾਈਦੇ ਆ ਜੀ ਦੁੱਧ ਸ਼ਗੀਦਾ ਜਿਹੜਾ ਕੰਮ ਆ ਉਹ ਕੋਈ ਐਵੇਂ ਬਹੁਤ ਜ਼ਿਆਦਾ ਨਹੀਂ ਬੜੇ ਗਲਤ ਕਮੈਂਟ ਸਾਨੂੰ ਮਿਲਦੇ ਰਹੇ ਆ ਜੀ ਹਾਂਜੀ ਇਹ ਕਿ ਤੁਰੇ ਜਾਂਦਾ ਓਏ ਹਾਥੀ ਓਏ ਪਰ ਲੋਕਾਂ ਨੂੰ ਜਿਹੜੇ ਪਤਾ ਹਾਥੀ ਕੀ ਚੀਜ਼ ਆ ਹਾਥੀ ਸਭ ਤੋਂ ਬੜੀ ਆ ਹਾਥੀ ਸ਼ੇਰ ਸ਼ੇਰ ਡਰਦਾ ਹਾਥੀ ਠੀਕ ਹੈ ਨਾ ਹਾਥੀ ਕੋਲ ਹੋਣਾ ਮੈਂ ਆਪਣੇ ਆਪ ਨੂੰ ਇੱਕ ਮਤਲਬ ਬੜਾ ਪ੍ਰਾਊਡ ਫੀਲ ਕਰਦਾ ਬਹੁਤ ਆਖਾਂ ਹੁੰਦਾ ਈ ਸ਼ੂਜ਼ ਦਾ ਕੱਪੜਿਆਂ ਦਾ ਪਰ ਕੱਪੜੇ ਚਲੋ ਆਪਾਂ ਸਲਵਾ ਸਕਦੇ ਆ ਜਿਹੜੇ ਸ਼ੂਜ਼ ਆ ਉਹ ਇਨੇ ਕੰਫਰਟੇਬਲ ਹੀ ਹੁੰਦੇ ਜਿਹੜੇ ਆਪਾਂ ਲੋਕਲ ਬਣਵਾਉਨੇ ਆ ਤੇ ਪਰ ਮੈਂ ਲਗਭਗ ਜਦੋਂ ਤੋਂ ਲੱਗਾ ਲੋ 8 17 18 ਸਾਲ ਤੋਂ ਮੈਂ ਸ਼ੂਜ਼ ਬਾਹਰ ਦੇ ਪਾ ਰਿਆ ਮੈਂ ਤਾਂ ਇਥੋਂ ਦੇ ਪਾਉਂਦਾ ਹੀ ਨਹੀਂ ਦੀਨ ਕਿਉਂਕਿ ਬੋਡੀ weight ਜ਼ਿਆਦਾ ਹੈ ਤੇ ਉਹ ਗਿੱਟਿਆਂ ਉੱਪਰ ਜਿਹੜਾ ਜ਼ੋਰ ਜ਼ਿਆਦਾ ਆਉਂਦਾ ਆਪਣਾ ਬੋਡੀ weight ਦਾ ਜਿਹੜੇ ਸਪੋਰਟ ਸ਼ੂ ਆ ਸੋਲ ਜਿਹੜਾ ਤਾਂ ਸੌਫਟ ਹੁੰਦਾ ਹੈ ਤੇ ਉਹ ਥੋੜਾ ਕੰਫਰਟੇਬਲ ਹੁੰਦਾ ਮੈਨੂੰ ਦਰੂਹ ਪੀਂਦਾ ਸੀਗਾ ਜੀ ਮੈਂ ਵਸੇਵਾਲ ਮੇਰੇ ਕੱਟੇ ਹੋਏ ਸੀ ਤੇ ਸਾਬ ਜੋ ਵੀ ਆਪਾਂ ਪੁੱਠੇ ਸਿੱਧੇ ਕੰਮ ਫਿਰ ਉਸ ਤੋਂ ਬਾਅਦ 17.5 ਜੀ ਗਰੁੱਪ ਦੇ ਪ੍ਰੈਜ਼ੀਡੈਂਟ ਦਾ ਕਬਜੀਤ ਪਾਜੀ ਉਹ ਮਨੇ ਮਿਲੇ 2015 ਚ ਔਰ ਉਹਨਾਂ ਮਨੇ ਇਹ ਨਿਰ지 ਕੀਤਾ ਵੀ ਤੁਸੀਂ ਸਿੱਖੀ ਵੱਲ ਵਾਪਸ ਆਓ ਸਿੱਖ ਤਾਂ ਆਪਾਂ ਸ਼ੁਰੂ ਤੋਂ ਹੀ ਜੋ ਆਪਾਂ ਜੰਮੇ ਸੇ ਸਿੱਖ ਤਾਂ ਅਸੀਂ ਖਤਰਮ ਜਾਦੇ ਸਿੱਖ ਤਾਂ ਆਪਾਂ ਹੈ ਗਏ ਆ ਪਰ ਕੇਸਾ ਧਾਰੀ ਹੋ ਕੇਸ ਰੱਖੋ ਫੇ ਜੀ ਮੈਂ 2015 ਮਿਡਲ ਜਿੰਨਾ ਗਰੁੱਪ ਜੁਆਇਨ ਕੀਤਾ ਬੀਰ ਖਾਲਸਾ ਔਰ ਆਦੀ ਗੁਰੂ ਸਾਹਿਬ ਦੀ ਐਸੀ ਕਿਰਪਾ ਹੈ ਅਸੀਂ ਕਰੀਬ 8-10 ਮੁਲਕਾਂ ਤੇ ਮੈਂ ਪਰਫਾਰਮ ਕਰ ਚੁੱਕਾ ਭਾਈ ਦੇ ਨਾਲ ਜੀ ਤੇ ਭਾਈ ਦਾ ਲੱਗ ਪਏ 20-22 ਭਾਈ ਮੁਲਕਾਂ ਤੋਂ ਉੱਪਰ ਦੇ ਆ ਚੁੱਕੇ ਹਰੂ ਸਾਹਿਬ ਦੀ ਕਿਰਪਾ ਨਾਲ ਕੰਮ ਹੀ ਐਸੇ ਬੀਰ ਖਾਲਸਾ ਦੇ ਵੈਸੇ ਇੱਕ ਦਿੱਲੀ ਇਸ਼ਾਰਾ ਹੈ ਮੇਰੀ ਕਿ ਆਪਣੇ ਨਾਲੋਂ ਕਿ ਲੰਬੇ ਬੰਦੇ ਨੂੰ ਮਿਨਾ ਜਿੰਨੂੰ ਮਤਲਬ ਮੈਂ ਐਵੇਂ ਕਰਕੇ ਗੱਲ ਕਰ ਤੋ ਮੋਸਟਲੀ ਮੇਰਾ ਮੂੰਹ ਨੀਚੇ ਹੁੰਦਾ ਮੈਂ ਗੱਲ ਕਰਦਾ ਐ ਇੱਕ ਦਿੱਲੀ ਹੈ ਕਿ ਆਪਣੇ ਨਾਲ لمبے ਬੰਦੇ ਨੂੰ ਮਿਲਾ ਮੈਂ ਇਹ ਸਾਰੀ ਆਸਪਤੇ ਦੀ ਕਮਾਲ ਹੈ ਜੀ ਆਜੇ ਤੋ ਤੱਕ ਪਚੌਣ ਵਾਲਾ ਵੀਰ ਮੇਰਾ ਇਹ ਹੀ ਹੈ ਵੱਡਾ ਤੇ ਬਾਕੀ ਮਾ ਕਰਪਾ ਦੇ ਮਾਲਕ ਦੀ ਹੈ ਜੀ ਜਿੰਨੇ ਏਡੀ ਦੇ ਦਿੱਤੀ ਆ ਪਰ ਦੇਣ ਇੱਕ ਦੇਖੋ ਕੋਈ ਚੀਜ਼ ਇੱਕ हीरा हीरा ਵੀ ਮਿਲਦਾ ਹੈ ਉਹਨੂੰ ਪਾਲਿਸ਼ ਕਰਨਾ ਪੈਂਦਾ ਆ ਪਾਲਿਸ਼ ਕਰਨ ਵਾਲਾ ਵੀਰ ਜੀ ਇਤੋਂ ਤੱਕ ਪਚੌਣ ਵਾਲਾ ਦੇਖੋ ਜੀ ਬਾਕੀ ਭਾਈ ਸਾਹਿਬ ਦੀ ਵੀ ਬੜਾ ਵਧੀਆ ਵੀਰ ਜੀ ਦਾ ਸੁਭਾਅ ਆ ਕਿ ਮਤਲਬ ਕੋਈ ਵੀਰ ਜੀ ਦੇ ਵਿੱਚ ਹੰਕਾਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹਨਾਂ ਦੇ ਵਿੱਚ ਕਿ ਜਿਹੜਾ ਵੀ ਕੋਈ ਮਿਲਦਾ ਵਾ ਬੜੇ ਪਿਆਰ ਨਾਲ ਵੀਰ ਜੀ ਉਹਨੂੰ ਮਿਲਦੇ ਆ ਜੇ ਕੋਈ ਫੋਟੋ ਵੀ ਕਰਾਉਣ ਆਉਂਦਾ ਵਾ ਕਦੀ ਵੀ ਇਕੱਲੇ ਨਹੀਂ ਪੈਂ ਕਿ ਮਤਲਬ ਖੁਸ਼ ਹੋ ਕੇ ਮਤਲਬ ਅਗਲੇ ਨਾਲ ਫੋਟੋ ਕਰਾਉਂਦੇ ਜਿੱਥੇ ਵੀਰ ਜੀ ਜਾਂਦੇ ਆ ਵੀ ਲੋਕੀ ਕਾਇਲ ਹੋ ਜਾਂਦੇ ਇਹਨਾਂ ਦੇ ਬਹੁਤ ਅਚੀਵਮੈਂਟਸ ਕੀਤੀਆਂ ਤੁਸੀਂ ਵਿਦੇਸ਼ਾਂ ਤੱਕ ਵੀਰ ਉਹਨਾਂ ਨੂੰ ਪਹੁੰਚਾਇਆ ਕਿੱਥੇ ਕਿੱਥੇ ਤੱਕ ਜਾ ਚੁੱਕੇ ਹੋ ਕਿਹੜੇ ਕਿਹੜੇ ਜਿਹੜੇ ਰਿਐਲਿਟੀ ਸ਼ੋਜ਼ ਦੇ ਵਿੱਚ ਪਾਰਟਿਸਿਪੇਟ ਕਰ ਲਿਆ ਤੁਸੀਂ ਅਸੀਂ ਜੀ ਸਭ ਤੋਂ ਪਹਿਲਾਂ ਤੇ ਜਦੋਂ ਭਾਈ ਸਾਹਿਬ ਆਏ ਸੀ ਪਹਿਲਾਂ ਤੇ ਇਹਨਾਂ ਦੀ ਬੜੀ ਅਸੀਂ ਮਿਹਨਤ ਕਰਾਈ ਹੈ ਜੀ ਤੇ ਪ੍ਰੈਕਟਿਸ ਕਰਾਏ ਜਿੱਦਾਂ ਸ਼ੋਅ ਕਰਾਏ ਵੀਰਜੀ ਹੁਣੇ ਅਜੇ ਨਵੇਂ ਸੀ 월ਡ ਰਿਕਾਰਡ ਜਿਹੜੇ ਆ ਕਿ ਇੱਕ 월ਡ ਆਪਣਾ ਹੈਗਾ ਸਟਰੋਂਗਮੈਨ ਹੈਗਾ ਵਾ ਉਹਨੂੰ ਸੀ ਚੈਲੰਜ ਕਰਾ ਰਹੇ ਆ ਖਾਨ ਬਾਬੇ ਨੂੰ ਚੈਲੰਜ ਕਰ ਰਹੇ ਆ ਹੋਰ ਅਸੀਂ ਕਾਫੀ ਜਿਹੜੇ ਮਤਲਬ ਰਿਕਾਰਡ ਆ ਜਿਹੜੇ ਉਹ ਅਸੀਂ ਭਾਜੀ ਦੇ ਨਾਮ ਦੇ ਉੱਤੇ ਕਰਾਂਗੇ ਤੇ ਬਾਕੀ ਅਸੀਂ ਅਮਰੀਕਾ ਕੈਨੇਡਾ ਜਾਪਾਨ ਤੁਰਕੀ ਫਰਾਂਸ ਇਦਾਂ ਕਾਫੀ ਜਿਹੜੇ ਕੰਟਰੀਆਂ ਦੇ ਵਿੱਚ ਅਸੀਂ ਸ਼ੋਅ ਕੀਤੇ ਹੋਇਆ ਜੀ ਹੁਣ ਜਿਹੜਾ ਇੱਕ ਆਪਣੇ ਗਵਾਂਢੀ ਮੁਲਖ ਦਾ ਖਾਨ ਬਾਬਾ ਆ ਉਹਨੂੰ ਅਸੀਂ ਚੈਲੰਜ ਕਰਨ ਜਾ ਰਹੇ ਆ ਕਿੰ ਮਤਰਾ ਤੋਂ ਉਹਦੇ ਉਹ ਇੱਕ ਬਲੂਨ ਮੈਨ ਆ ਉਹ ਤਾਂ ਇਹ ਆ ਵੀ ਪਕਾੜੋ ਬੈ ਫੁੱਲਿਆ ਫਿਰਦਾ ਹੈ ਕੁਛ ਨਹੀਂ ਆ ਤੇ ਉਹ ਤਾਂ ਸਿਰਫ ਕਾਰ ਵਿਖਾਉਦਾ ਵੀ ਕਾਰ ਨੂੰ ਅੱਗੇ ਹੱਥ ਲਾਏ ਆ ਕੋਈ ਟਾਇਰ ਤੋਂ ਟਾਇਰ ਨਹੀਂ ਘੁੰਮਦਾ ਵਿਖਾਉਦਾ ਉਹ ਅਸੀਂ ਬਣਾਵਾਂਗੇ ਵੀਡੀਓ ਚੈਲੰਜ ਕਰਾਂਗੇ ਮੀਡੀਆ ਸਦਾ ਸਾਰਾ ਤੁਹਾਨੂੰ ਵੀ ਬੁਲਾਵਾਂਗੇ ਤਾਂ ਤੁਹਾਨੂੰ ਟਾਇਰ ਹੀ ਘੁੰਮਦੇ ਵਿਖਾਵਾਂਗੇ ਤੇ ਦੱਸਾਂ ਕਿੱਦਾਂ ਕਰਾ ਦੋ ਕਿਹਦੀਆਂ ਸਿੰਘ ਇੱਕ ਦਾ ਰੋਕਦੇ ਆ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਤੁਹਾਨੂੰ ਪੰਜਾਬ ਦੇ ਸਭ ਤੋਂ ਲੰਬੇ ਤੇ ਸਭ ਤੋਂ ਲੰਬੇ ਪੁਲਿਸ ਵਾਲੇ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਜਗਦੀਪ ਸਿੰਘ ਜਿਨ੍ਹਾਂ ਦੀ ਹਾਈਟ 7 ਫੁੱਟ 6 ਇੰਚ ਹੈ ਤੇ ਇਹਨਾਂ ਦਾ ਭਾਰ ਲਗਭਗ 2 ਕੁਇੰਟਲ ਹੈ ਗੱਲਬਾਤ ਕਰਾਂਗੇ ਵੀਰ ਹੁਣਾ ਦੇ ਨਾਲ ਤੁਸੀਂ ਬਹੁਤ ਵਾਰ ਪਹਿਲਾਂ ਵੀ ਦੇਖਿਆ ਹੋਊਗਾ ਇਹਨਾਂ ਨੂੰ ਅੱਜ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਦੇ ਆ ਬਹੁਤ ਸਾਰੇ ਇਹਨਾਂ ਨੇ ਰਿਕਾਰਡ ਵੀ ਬਣਾਏ ਬਹੁਤ ਸਾਰੇ ਗੌਰ ਟੈਲੈਂਟਸ ਵਿੱਚ ਵੀ ਗਏ ਨੇ ਤੇ ਦੋ ਵਰਲਡ ਰਿਕਾਰਡ ਬਣਾਏ ਹੋਏ ਨੇ ਵੀਰ ਹੁਣਾ ਨੇ ਗੱਲਬਾਤ ਕਰਦੇ ਆ ਵੀਰ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਹੋ ਠੀਕ ਹੋ ਬਹੁਤ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਸਾਹਿਬ ਦੀ ਅੱਛਾ ਵੀਰ ਜੀ ਹਾਈਟ ਕਿੰਨੀ ਆ ਮੇਰੀ ਹਾਈਟ ਜੀ 7.5 ਫੁੱਟ ਅੱਛਾ ਤੇ weight ਕਿੰਨਾ ਆਪਣਾ ਮੇਰਾ 200 ਕਿਲੋ ਅੱਛਾ ਵੀਰ ਕਦੋਂ ਹਾਈਟ ਵਧਣੀ ਸ਼ੁਰੂ ਹੁੰਦੀ ਹੈ ਕਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਜਿਹੜੀ ਹਾਈਟ ਹੈ ਉਹ ਨਾਰਮਲ ਲੋਕਾਂ ਨਾਲੋਂ ਜ਼ਿਆਦਾ ਇਹ ਤਾਂ ਦੇਖੋ ਜੀ ਬਚਪਨ ਤੋਂ ਸੀਗਾ ਜੀ ਗਰੋਥ ਜ਼ਿਆਦਾ ਸੀਗੀ ਨਾਰਮਲ ਬੱਚਿਆਂ ਨਾਲੋਂ ਤੇ ਜਦੋਂ ਮੈਂ 10th ਚ ਪੜਦਾ ਸੀਗਾ ਤੇ ਮੈਂ ਆਲਮੋਸਟ ਸਾਰੇ ਸਕੂਲ ਚੋਂ ਲੰਬਾ ਸੀਗਾ ਇੱਥੇ ਤੱਕ ਜੇ ਟੀਚਰ ਸੀ ਕਿ ਉਹਨਾਂ ਨੂੰ ਲੰਬਾ ਸੀਗਾ ਮੈਂ ਅੱਛਾ ਜੀ ਤੇ ਕਿਹੜੀ ਕਲਾਸ ਦੀ ਗੱਲ ਕਰਦੇ ਹੋ ਜਿਹੜੇ ਟੀਚਰ ਦੀ ਹਾਈਟ ਨਾਲੋਂ ਜ਼ਿਆਦਾ ਤੁਹਾਡੀ ਹਾਈਟ ਸੀਗੀ 10th 10ਵੀਂ ਅੱਛਾ ਵੀਰ ਜੀ ਇੱਕ ਹੋਰ ਬਹੁਤ ਸੋਹਣੀ ਗੱਲ ਤੁਸੀਂ ਦੱਸਦੇ ਹੋ ਕਿ ਤੁਹਾਡੇ ਜਦੋਂ ਏਜ 17 ਸਾਲਾਂ ਦੀ ਸੀਗੀ ਤੇ ਤੁਸੀਂ ਪੁਲਿਸ 'ਚ ਭਰਤੀ ਹੋ ਜੰਨੇ ਹੋ ਹਾਂਜੀ ਬਿਲਕੁਲ ਜੀ ਉਦੋਂ ਸਰਦਾਰ ਮੈਲ ਸੀ ਕਿ ਭੁੱਲ ਏਡੀਜੀਪੀ ਸੀਗੇ ਪੰਜਾਬ ਦੇ ਤੇ ਸਪੋਰਟਸ ਦਾ ਬਹੁਤ ਜਿਆਦਾ क्रेਜ਼ ਸੀਗਾ ਤੇ ਮੈਂ ਬਾਸਕਬਲ ਖੇਡਦਾ ਸੀਗਾ ਤੇ ਅਸੀਂ ਨੈਸ਼ਨਲ ਖੇਲ ਕੇ ਆਏ ਸੀ ਤੇ ਫਿਰ ਉਦੋਂ ਸਾਰੇ ਜਿਹੜੇ ਡਿਪਾਰਟਮੈਂਟ ਹੈ ਉਦੋਂ ਸਪੋਰਟਸ ਮੈਨ ਨੂੰ ਖਿੱਚਦੇ ਸੀਗੇ ਸਾਨੂੰ ਜੁਆਇਨ ਕਰੋ ਸਾਨੂੰ ਜੁਆਇਨ ਕਰੋ ਫਿਰ ਭੁੱਲ ਸਾਹਿਬ ਨੇ ਦੇਖਿਆ ਵੀ ਇਹ ਬੰਦਾ ਹਥੋਂ ਨਿਕਲ ਜਾਣਾ ਆ ਤੇ ਉਹਨਾਂ ਨੇ ਪਰਮਿਸ਼ਨ ਲੈ ਕੇ ਤੇ 17 ਸਾਲ ਤੇ 7 ਕਿ ਮਹੀਨਿਆਂ ਤੋਂ ਮੈਨੂੰ ਭਰਤੀ ਕਰਨਾ ਸੀਗਾ अच्छा जी अच्छा मैं देखया नॉर्मल जेडे जिदा ਤੁਹਾਡਾ ਹੱਥ ਹੈ ਜਾਂ ਪੈਰ ਹੈ ਹਨਾ ਜਿਦਾ ਆਪਾਂ ਪਿੱਛੇ ਜੀ ਸੁੱਖੇ ਭਾਬੇ ਦੀ ਇੰਟਰਵਿਊ ਕੀਤੀ ਸੀ ਤੇ ਉਹਨਾਂ ਨੂੰ ਜੁੱਤੀ ਸਪੈਸ਼ਲ ਬਣਾਉਣੀ ਪੈਂਦੀ ਸੀਗੀ ਤੇ ਤੁਹਾਨੂੰ ਸ਼ੂਜ਼ ਵਗੈਰਾ ਜਦੋਂ ਤੁਸੀਂ ਤਾਂ ਬਾਹਰ ਜਾਂਦੇ ਫਿਰਦੇ ਹੋ ਤੁਹਾਨੂੰ ਮਿਲ ਜਾਂਦੇ ਨੇ ਸਾਈਜ਼ ਹਾਂਜੀ ਹਾਂਜੀ ਮੇਰਾ ਸ਼ੂ ਸਾਈਜ਼ US 20 ਆ اچھا ਤੇ ਮਿਲ ਜਾਂਦਾ ਹੈ ਆਪ ਜਿਵੇਂ ਸਾਡੇ ਸ਼ੋਅ ਹੁੰਦੇ ਮੋਸਟਲੀ ਬਾਹਰ ਬੀਰ ਖਾਲਸਾ ਗਰੁੱਪ ਦੇ ਤੇ ਅਸੀਂ ਜਾਣੇ ਆ ਤੇ ਆਪਣਾ ਪਰਚੇਸ ਕਰਕੇ ਲੈ ਆਉਣੇ ਜਾਂ ਮੇਰੇ ਫਰੈਂਡਸ ਨੇ ਕਹੀ ਜਿੰਦੇ ਰਣ ਸੱਜਣ ਮਿੱਤਰ ਸਾਰੇ ਜਿਹੜੇ ਸ਼ੂਜ਼ ਪੇ ਇਧਰ ਆਂਦੇ ਆ ਜੀ ਅੱਛਾ ਜਦੋਂ ਪੰਜਾਬ ਚ ਸੀਗੇ ਅਬਰੋਡ ਨਹੀਂ ਸੀ ਤੁਹਾਡੇ ਲੱਗਦੇ ਹੁੰਦੇ ਸੀਗੇ ਹਨਾ ਤੁਸੀਂ ਬਾਹਰ ਨਹੀਂ ਜਾਂਦੇ ਸੀ ਫਿਰ ਇੱਥੇ ਕਿੱਦਾਂ ਆਪਣੇ ਕੱਪੜੇ ਆਪਣੇ ਸ਼ੂਜ਼ ਵਗੈਰਾ ਰੇਂਜ ਕਰਦੇ ਸੀ ਮਿਲ ਜਾਂਦੇ ਸੀ ਨਾਰਮਲੀ ਸ਼ਾਪਸ ਤੋਂ ਇਹ ਤਾਂ ਬਹੁਤ ਔਖਾ ਹੁੰਦਾ ਜੀ ਸ਼ੂਜ਼ ਦਾ ਕੱਪੜਿਆਂ ਦਾ ਪਰ ਕੱਪੜੇ ਚਲ ਆਪਾਂ ਸਲਵਾ ਸਕਦੇ ਆ ਜਿਹੜੇ ਸ਼ੂਜ਼ ਆ ਉਹ ਇਨੇ ਕੰਫਰਟੇਬਲ ਨਹੀਂ ਹੁੰਦੇ ਜਿਹੜੇ ਆਪਾਂ ਲੋਕਲ ਬਣਵਾਉਨੇ ਆ ਅੱਛਾ ਤੇ ਪਰ ਮੈਂ ਲਗਭਗ ਜਦੋਂ ਤੋਂ ਲੱਗਾ ਲੋ 8 17 18 ਸਾਲ ਤੋਂ ਮੈਂ ਸ਼ੂਜ਼ ਬਾਹਰ ਦੇ ਪਾ ਰਿਆ ਮੈਂ ਤਾਂ ਇਥੋਂ ਦੇ ਪਾਉਂਦਾ ਹੀ ਨਹੀਂ ਇੰਡੀਅਨ ਅੱਛਾ ਕਿਉਂਕਿ ਬੋਡੀ ਵੇਟ ਜ਼ਿਆਦਾ ਹੈ ਤੇ ਉਹ ਗਿੱਟਿਆ ਉੱਪਰ ਜਿਹੜਾ ਜ਼ੋਰ ਜ਼ਿਆਦਾ ਹੁੰਦਾ ਆਪਣਾ ਬੋਡੀ ਵੇਟ ਦਾ ਜਿਹੜੇ ਸਪੋਰਟ ਸ਼ੂ ਆ ਸੋਲ ਜਿਹੜਾ ਦਾ ਸੌਫਟ ਹੁੰਦਾ ਹੈ ਤੇ ਉਹ ਥੋੜਾ ਕੰਫਰਟੇਬਲ ਰਹਿੰਦਾ ਅੱਛਾ ਵਰਜੀਤ ਜਦੋਂ ਜਿੱਦਾਂ ਹੁਣ ਤੁਹਾਡਾ ਮਤਲਬ ਬਹੁਤ ਸੋਹਣੀ ਲੁੱਕ ਆਦੀ ਹੈ ਨਾ ਸਿੱਖੀ ਸਰੂਪ ਚ ਨਾਰਮਲੀ ਜਦੋਂ ਕਿਤੇ ਬਾਹਰ ਨਿਕਲਦੇ ਹੋਗੇ ਤਾਂ ਲੋਕ ਤਾਂ ਵੈਸੇ ਡਰ ਜਾਂਦੇ ਹੋਣੇ ਤੁਹਾਨੂੰ ਦੇਖ ਕੇ ਨਹੀਂ ਨਹੀਂ ਐਸੀ ਐਸੀ ਕੋਈ ਗੱਲ ਨਹੀਂ ਲੋਕ ਬੜਾ ਸਤਿਕਾਰ ਕਰਦੇ ਪਿਆਰ ਕਰਦੇ ਆ ਜੀ ਤੇ ਬਾਕੀ ਜਿਹਦੇ ਰਹਿਤ ਬੀਰ ਖਾਲਸਾ ਵਾਲੇ ਜਿੰਨ੍ਹੇ ਰੇ ਤੋਂ ਤੱਕ ਪਹੁੰਚਾਇਆ ਐਸ ਸਤਕਾਰ ਤੱਕ ਪਹੁੰਚਾਇਆ ਜੀ ਤੇ ਪਹਿਲੀ ਲਾਈਫ ਮੇਰੀ ਹੋਰ ਸੀਗੀ ਜਿਹੜੀ ਅੱਜ ਵਾਲੀ ਲਾਈਫ ਹੈ ਪਿਛਲੇ 7-8 ਸਾਲ ਤੋਂ ਇਹ ਹੋ ਰ ਆ ਪਹਿਲਾ ਲਾਈਫ ਕਿਵੇਂ ਦੀ ਸੀ ਪਹਿਲਾਂ ਚਲੋ ਕੈਮਰੇ ਕੇ ਦਸਣਾ ਨਹੀਂ ਚਾਹੀਦਾ ਪਰ ਤੁਹਾਨੂੰ ਦੱਸ ਦੇਣੇ ਪਹਿਲਾਂ दारू ਹੀ ਪੀਂਦਾ ਸੀਗਾ ਜੀ ਮੈਂ ਵਾਰ ਮੇਰੇ ਕੱਟੇ ਹੋਏ ਸੀ ਅੱਛਾ ਤੇ ਸਾਬ ਜੋ ਵੀ ਆਪਾਂ ਪੁੱਛਦੇ ਸਿੱਧੇ ਕੰਮ ਫੇਰ ਉਸ ਤੋਂ ਬਾਅਦ ਸਾਡੇ ਉਸਤਾਦ ਜੀ ਐ ਗਰੁੱਪ ਦੇ ਪ੍ਰੈਜ਼ੀਡੈਂਟ ਦਾ ਕਬਜੀਤ ਪਾਜੀ ਅੱਛਾ ਜੀ ਉਹ ਮਨੇ ਮਿਲੇ 2015 ਚ ਔਰ ਉਹਨਾਂ ਮੈਨੂੰ ਇਹ ਕਰਜ ਕੀਤਾ ਵੀ ਤੁਸੀਂ ਸਿੱਖੀ ਵੱਲ ਵਾਪਸ ਆਓ ਸਿੱਖ ਤਾਂ ਆਪਾਂ ਸ਼ੁਰੂ ਤੋਂ ਹੀ ਜੋ ਆਪਾਂ ਜੰਮੇ ਸੇ ਸਿੱਖ ਤਾਂ ਰਮਝਾਤੇ ਸਿੱਖ ਤਾਂ ਬਹਿ ਗਏ ਆ ਪਰ ਕੇਸ ਆਧਾਰੀ ਹੋ ਕੇਸ ਰੱਖੋ ਫੇਰ ਜੀ ਮੈਂ 2015 ਮਿਡਲ ਜਿੰਨਾ ਗਰੁੱਪ ਜੁਆਇਨ ਕੀਤਾ ਬੀਰ ਖਾਲਸਾ ਅੱਛਾ ਔਰ ਆਜੀ ਗੁਰੂ ਸਾਹਿਬ ਦੀ ਐਸੀ ਕਿਰਪਾ ਹੈ ਅਸੀਂ ਕਰੀਬ 8-10 ਮੁਲਖਾਂ 'ਚ ਮੈਂ ਪਰਫਾਰਮ ਕਰ ਚੁੱਕਾ ਹਾਂ ਭਾਜੀ ਦੇ ਨਾਲ ਜੀ ਤੇ ਭਾਜੀ ਦਾ ਲੱਗ ਪਾ 20-22 ਮੁਲਖਾਂ ਤੋਂ ਉੱਪਰ ਜਾ ਚੁੱਕੇ ਆ अच्छा फिर ਤੁਸੀਂ ਜਦੋਂ ਤੁਹਾਡੀ ਪਹਿਲਾਂ ਜਦੋਂ ਤੁਸੀਂ ਪੁਲਿਸ ਦੇ ਵਿੱਚ ਸੀਗੇ ਤੁਹਾਡੀ ਕਟਿੰਗ ਸੀਗੀ ਉਦੋਂ ਹਾਂਜੀ ਬਿਲਕੁਲ ਜੀ ਵਾਲ ਕੱਤੇ ਹੋਏ ਸੀ ਮੇਰੇ ਅੱਛਾ ਜੀ ਤੇ ਇਹ ਸੁਖੀ ਇਸ ਕਿਸ ਰੂਪ ਦੇ ਵਿੱਚ ਕਿੱਦਾਂ ਆਉਣਾ ਬਗਾ ਜਦੋਂ ਗਰੁੱਪ ਜੁਆਇਨ ਕਰਦੇ ਆ ਫਿਰ ਇਹ ਟਰਨਿੰਗ ਪੁਆਇੰਟ ਆਉਂਦਾ ਹੈ ਗੁਰੂ ਤੁਹਾਨੂੰ ਆਪਣੇ ਨਾਲ ਆਪਣੇ ਲੜ ਲਾਉਂਦੇ ਨੇ ਬਿਲਕੁਲ ਜੀ ਮਾਲਕ ਤਰਸਦੇ ਘਰ ਚਾਵੇ ਫੇਰ ਹੀ ਸਾਰੇ ਇਹੋ ਜਿਹੇ ਕੰਮ ਹੁੰਦੇ ਆ ਅ ਸਤਜ ਜੀ ਜਰੀਆ ਬਣੇ ਇੱਕ ਪਰ ਜਰੀਆ ਬਹੁਤ ਵਧੀਆ ਰਿਹਾ ਮੇਰੇ ਲਈ ਕਿ ਮੇਰੀ ਲਾਈਫ ਚੇਂਜ ਹੋ ਗਈ ਨਸ਼ੇ ਛੁੱਟ ਗਏ ਸਾਰੇ ਨਾਨ ਵੈਜ ਛੁੱਟ ਗਿਆ ਤੇ ਇੱਕ ਯੂਨੀਕ ਆਡੈਂਟੀ ਦਿੱਤੀ ਸੀ ਮਾਲਕ ਨੇ ਪਰ ਇੱਕ ਖੂਦ ਡੱਡੂ ਬਣੇ ਸੀਗੇ ਕਿ ਸਿਰਫ ਅੰਮ੍ਰਿਤਸਰ ਦੇ ਵਿੱਚ ਵਿੱਚ ਰਹਿਣਾ ਜਾਂ ਪਿੰਡ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਪਿੰਡ ਤੇ ਹੁਣ ਅਸੀਂ ਕਰੀਬ 10 12 ਮੁਲਕ ਘੁੰਮ ਚੁੱਕੇ ਆ ਜੀ ਵੱਖਰੇ ਵੱਖਰੇ ਬਾਹਰ ਜਾਈਦਾ ਆ ਮਤਲਬ ਗੋਰੇ ਸਾਨੂੰ ਪਛਾਣਦੇ ਆ ਵੀ ਬੀਰ ਖਾਲਸਾ ਵਾਲੇ ਆ ਜੀ अच्छा वीर तूसे ਵਿਦੇਸ਼ਾਂ ਦੇ ਵਿੱਚ ਪਰਫਾਰਮ ਕੀਤਾ ਹੈ ਨਾ ਤੇ ਤੁਹਾਨੂੰ ਅੱਜ ਤੱਕ ਤੁਹਾਡੀ ਟੱਕਰ ਦਾ ਤੁਹਾਡੀ ਹਾਈਟ ਦੇ ਬਰਾਬਰ ਤੁਹਾਡੇ weight ਦੇ ਬਰਾਬਰ ਕੋਈ ਗੋਰਾ ਜਾਂ ਕੋਈ ਹੋਰ ਬੰਦਾ ਟੱਕਰ ਹੈ ਨਹੀਂ ਜੀ ਨਹੀਂ ਵੈਸੇ ਇੱਕ ਦਿੱਲੀ ਸ਼ਾਇ ਮੇਰੀ ਕਿ ਆਪਣੇ ਨਾਲ ਕੋਈ ਲੰਬੇ ਬੰਦੇ ਨੂੰ ਮਿਲਾਂ ਜਿੰਨੂੰ ਮਤਲਬ ਮੈਂ ਐਵੇਂ ਕਰਕੇ ਗੱਲ ਕਿਉਂਕਿ ਮੋਸਟਲੀ ਮੇਰਾ ਮੂੰਹ ਨੀਚੇ ਹੁੰਦਾ ਮੈਂ ਗੱਲ ਕਰਦਾ ਤੇ ਇੱਕ ਦਿੱਲੀ ਸ਼ਾਇ ਕਿਉਂਕਿ ਆਪਣੇ ਨਾਲ ਲੰਬੇ ਬੰਦੇ ਨੂੰ ਮਿਲਾਂ ਮੈਂ ਓਕੇ ਜੀ ਲੰਬੇ ਜਾਂ ਬਰਾਬਰ ਦੇ ਬੰਦੇ ਨੂੰ ਕਦੀ ਬਰਾਬਰ ਦਾ ਮਿਲਿਆ ਨੇ ਬਰਾਬਰ ਤਾਂ ਨਹੀਂ ਮਿਲਿਆ ਜੀ ਤੱਕ ਕੋਈ ਕਿਉਂਕਿ ਆਪਣੇ ਰੈਸਲਰ ਉਹ 73 ਨੇ ਆ ਮੁੰਡੇ ਹੋਰ ਵੀ ਆ ਗਏ ਨੇ 74 ਆ 73 ਨੇ ਆ 76 ਨਹੀਂ ਮਿਲਿਆ ਕੋਈ ਵੀ ਤੁਹਾਡੀ ਲੁੱਕ ਦੀ ਗੱਲ ਕਰੀਏ ਤਾਂ ਦੇਖਣ ਚ ਦੇਖਦਿਆਂ ਤਾਂ ਖੁਸ਼ੀ ਵੀ ਬਹੁਤ ਹੁੰਦੀ ਤੇ ਨਾਲ ਦੇ ਨਾਲ ਹੈਰਾਨੀ ਵੀ ਹੁੰਦੀ ਹੈ ਨਾ ਆਪਾਂ ਨਾਰਮਲ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤੁਸੀਂ ਵਿਦੇਸ਼ਾਂ ਤੱਕ ਗਏ ਹੋ ਫਿਰ ਗੋਰੇ ਹੈਰਾਨ ਹੁੰਦੇ ਹੁੰਦੇ ਜੀ ਹੁੰਦੇ ਆ ਬਿਲਕੁਲ ਹੁੰਦੇ ਆ ਔਰ ਬਾਕੀ ਸਾਡੇ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਮ ਹੀ ਐਸੇ ਵੀਰ ਖਾਲਸਾ ਦੇ ਚਿੱਕਾ ਕਰਾ ਜਿਆ ਗੋਰਿਆਂ ਦੀਆਂ ਜੀ ਕੀ ਕਰੀ ਕੀ ਜਦਿਆ ਸਿੰਘ ਜੀ ਅੱਛਾ ਵੀਰੇ ਫਿਰ ਆਪਣੀ ਖੁਰਾਕ ਕਿੰਨੀ ਕਾ ਕੀ ਮਤਲਬ ਖਾਣ ਖਾਣਾ ਪੀਣਾ ਕਿੰਨਾ ਕਾ ਖਾਣਾ ਪੀਣਾ ਬਿਲਕੁਲ ਨਾਰਮਲ ਆ ਜੀ ਕਈ ਮਤਲਬ ਵੀਰ ਕਪੜੇ ਰੈਸਲਰ ਵੀ ਆ ਉਹ ਵੀ ਕਹਿੰਦੇ ਜੀ ਮੈਂ ਮਤਲਬ 6 ਮੁਰਗੇ ਖਾ ਜਾਂਦਾ ਜਾਂ 30 ਜਾਂ 60 ਆਂਡੇ ਖਾ ਜਾਂਦਾ ਆ ਇੱਕ ਵੀਰ ਉਹ ਕਹਿੰਦਾ ਮੈਂ 6-7 ਲੀਟਰ ਦੁੱਧ ਪੀ ਜਾਂਦਾ ਆ ਇੱਕ ਫੈਕਟ ਹੈ ਨਾਰਮਲ ਜਿਹਾ ਕਿ ਬਾਈ ਸਾਈਡ ਦਾ ਹੁੰਦਾ ਹੈ ਉਹਦੇ ਵਿੱਚ ਆਪਣੇ ਲੀਵਰ ਆਏਗਾ ਦੋ ਗੁਰਦੇ ਆਉਣਗੇ ਛੋਟੀ ਆਤ ਵੱਡੀ ਆਤ ਹੋਰ ਵੇਨ ਸੌਣ ਗਿਆ ਤੇ ਲੀਵਰ ਨੂੰ ਸਿਰਫ ਇੰਨੀ ਕੁ ਜਗ੍ਹਾ ਮਿਲਦੀ ਹੈ ਉਹਦੇ ਵਿੱਚ ਆਪਾਂ ਕਿੰਨਾ ਕੁ ਠੋਸ ਲਾ ਗਏ ਕਿੰਨਾ ਕੁ ਭਰ ਲਾ ਗਏ ਉਹਨੂੰ ਮੈਨੂੰ ਲੱਗਦਾ ਕਿ ਇਹ ਵੇ ਬਿਆਨ ਦੇਈ ਜਾਂਦੇ ਕੈਮਰੇ ਅੱਗੇ ਕਿ ਅਸੀਂ ਇੰਨਾ ਖਾਂਦੇ ਅਸੀਂ ਇੰਨਾ ਖਾਂਦੇ ਕੋਈ ਖਾ ਨਹੀਂ ਸਕਦਾ ਹਾਂ ਠੀਕ ਨਾਰਮਲ ਖਾਈਦਾ ਪੰਜ ਛੇ ਪ੍ਰਸ਼ਾਦੇ ਖਾਈਦੇ ਆ ਜੀ ਦੁੱਧ ਸ਼ਕੀ ਦਾ ਜਿਹੜਾ ਕੰਮ ਆ ਉਹ ਕੋਈ ਹੈ ਬਹੁਤ ਜ਼ਿਆਦਾ ਨਹੀਂ ਜੀ ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਜਿੱਦਾਂ ਵੀਰ ਖਾਲਸਾ ਦੇ ਵਿੱਚ ਐਕਟੀਵਿਟੀਜ਼ ਕਰਦੇ ਹੋ ਕਿਹੜੀਆਂ-ਕਿਹੜੀਆਂ ਐਕਟੀਵਿਟੀਜ਼ ਕਰਦੇ ਹੋ ਤੁਸੀਂ ਐਕਟੀਵਿਟੀ ਜੀ ਮੈਂ 12 ਮੋਟਰਸਾਈਕਲ ਰੋਕਿਆ ਜੀ ਅੱਜ ਤੱਕ ਆਪਣੀ ਦੋਆ ਬਾਵਾ ਨਾਲ ਹੂੰ 12 ਕੱਟੇ ਜੀ ਔਰ ਦੋ ਕਾਰਾਂ ਵੀ ਰੋਕਿਆ ਨੇ ਹੁਣ ਜਿਹੜਾ ਇੱਕ ਆਪਣੇ ਗਵਾਂਢੀ ਮੁਲਖ ਦਾ ਖਾਨ ਬਾਬਾ ਆ ਉਹਨੂੰ ਅਸੀਂ ਚੈਲੰਜ ਕਰਨ ਜਾ ਰਹੇ ਆ ਕਿ ਮਿਤਰਾ ਤੂੰ ਤੇ ਉਹ ਇੱਕ ਬਲੂਨ ਮੈਨ ਆ ਉਹ ਤਾਂ ਕੀ ਆਵੇ ਪਕਾ ਲਓ ਬੈ ਫੁੱਲਿਆ ਫਿਰਦਾ ਹੈ ਕੁਛ ਨਹੀਂ ਆ ਤੇ ਉਹ ਤਾਂ ਸਿਰਫ ਕਾਰ ਵਿਖਾਉਦਾ ਵੀ ਕਾਰ ਨੂੰ ਅੱਗੇ ਹੱਥ ਲਾਏ ਆ ਕੋਈ ਟਾਇਰ ਟਾਇਰ ਨਹੀਂ ਘੁੰਮਦਾ ਵਿਖਾਉਦਾ ਅਸੀਂ ਬੜਾਵਾਗੇ ਵੀਡੀਓ ਚੈਲੰਜ ਕਰਾਂਗੇ ਮੀਡੀਆ ਸਦਾ ਸਾਰਾ ਤੁਹਾਨੂੰ ਵੀ ਬੁਲਾਵਾਂਗੇ ਅੱਛਾ ਤੇ ਤੁਹਾਨੂੰ ਤਿਆਰੀ ਕੰਮ ਦੇ ਵਿਖਾਵਾਂਗੇ ਤੇ ਦੱਸਾਂ ਕਿ ਕਿੱਦਾਂ ਕਰਾਂ ਰੋਕੀ ਦੀਆ ਸਿੰਘ ਕਿਦਾਂ ਰੋਕਦੇ ਆ ਅੱਛਾ ਤੁਸੀਂ ਨਾ weight ਵੀ ਆਸਾਨੀ ਨਾਲ ਚੱਕ ਲੈਣੇ ਇੱਥੇ ਵੀਰ ਹੁਣੇ ਹੈਗੇ ਆ ਉਹਨਾਂ ਦਾ ਲਗਭਗ ਦੋਨਾਂ ਦਾ weight 70 ਕਿਲੋ ਦੇ ਲਾਗੇ ਹੋਊਗਾ ਦੋਨਾਂ ਦਾ ਮਿਲਾ ਕੇ 140 ਕਿਲੋ ਆ ਤੇ ਇਹ ਵੀਰ ਆਸਾਨੀ ਨਾਲ ਚੱਕ ਲੈਂਦੇ ਨੇ ਮੱਥੇ ਤੇ ਜਿਹੜਾ ਮਾੜਾ ਜਿਹਾ ਵੱਟ ਤੱਕ ਨਹੀਂ ਦਿਖਦਾ ਆਪਾਂ ਉਹਨਾਂ ਦੋਨਾਂ ਵੀਰਾਂ ਨੂੰ ਬੁਲਾਣੇ ਆ ਤੇ ਵੀਰ ਹੁਣ ਚੱਕ ਕੇ ਦਿਖਾਣਗੇ ਵੀਰੋ ਆਏ ਤੁਸੀਂ ਤੁਸੀਂ ਦੇਖ ਸਕਦੇ ਹੋ 70 ਕਿਲੋ ਇੱਕ ਬੰਦੇ ਦਾ ਭਾਰ ਹੋਣਾ ਹੈ ਤੇ ਵੀ ਹੁਣ ਆਸਾਨੀ ਨਾਲ ਜਿਹੜਾ ਹੈਗਾ ਚੱਕ ਲੈਂਦੇ ਵੀਰੇ ਮੁਸ਼ਕਿਲ ਮੁਸ਼ਕਿਲ ਹੈਗੀ ਨਾ ਮੁਸ਼ਕਲ ਹੈ ਬੰਦਾ ਬੋਲ ਸਕਦਾ ਬਿਲਕੁਲ ਸਹੀ ਗੱਲ ਹੈ ਹੈ ਨਾ ਗੱਲ ਨਹੀਂ ਹੁੰਦੀ ਜੀ ਇਹ ਨਾਰਮਲ ਆ ਕੇ ਦਵੇ ਮੇਰੇ ਬਰਾਬਰ ਆ ਇੰਨਾ ਕੁ weight ਚੱਕਣਾ ਤੁਹਾਡੇ ਲਈ ਇਜ਼ੀ ਹੈ ਨਾ ਕੋਈ ਔਖਾ ਨਹੀਂ ਹੈ ਜੀ ਇਹ ਤਾਂ ਕਾਰਾ ਰੋਕਣੇ ਤਾਂ ਦੱਸਿਆ 2 ਵਜੇ ਤੇ ਕਾਰਾ ਰੋਕਾ ਕੇ ਜਾਣ ਨਾ ਰੋਕਾਂਗੇ ਬਿਲਕੁਲ ਬਿਲਕੁਲ ਦੇਖੋ weight ਕਿੰਨਾ ਹੈ ਉਹਦੇ ਨਾਲ ਵੀ ਵੀਰ ਹੁਣਾਂ ਨੇ 1 ਮਿੰਟ ਤੱਕ ਇਹਨਾਂ ਨੂੰ ਚੱਕ ਕੇ ਰੱਖਿਆ ਵੀਰੇ ਤੁਹਾਡੇ ਕਿੰਨਾ ਭਾਰ ਹੈ 70 ਕਿਲੋ 70 ਕਿਲੋ ਹੈਗਾ ਤੁਹਾਡਾ 70 ਕਿਲੋ ਤੇ ਕੋਈ ਔਖਾ ਨਹੀਂ ਲੱਗਦਾ ਹੈ ਨਾ 140 ਕਿਲੋ ਤਾਂ ਇਹ ਨਾਰਮਲ ਗੱਲ ਹੈ ਬਿਲਕੁਲ ਹੀ ਬਿਲਕੁਲ ਨਾਰਮਲ ਆ ਅੱਛਾ ਤੁਸੀਂ ਇੱਕ ਵਾਰੀ ਇਹਨਾਂ ਨੂੰ ਕੱਲਿਆਂ ਨੂੰ ਚੱਕਿਓ ਅੱਛਾ ਇਹ ਤਾਂ ਵੀਰੇ ਆਇਆ ਚੱਕਰ ਜਿਦਾ ਨਿਆਰਾ ਗੋਦੀ ਵਿੱਚ ਚੱਕਿਆ ਹੁੰਦਾ ਅੱਛਾ ਤੁਹਾਨੂੰ ਕਿਹਦੀ ਫੀਲਿੰਗ ਆndi ਨੇ ਉੱਚੇ ਚੱਕੋ ਕੇ ਬਹੁਤ ਵਾਰੀ ਤੇ ਵਧੀਆ ਹਾਂਜੀ ਬਹੁਤ ਵਧੀਆ ਵਾਰੀ ਹੈ ਅੱਪ ਹੋਰ ਵੀ ਐਕਟੀਵਿਟੀਜ਼ ਕਰਾਵਾਂਗੇ ਇੱਕ ਇੰਚ ਟੇਪ ਹੈਗਾ ਮੈਂ ਵੀਰ ਉਹਨਾਂ ਨੂੰ ਕਹੂੰਗੀ ਇੱਕ ਮਿੰਟ ਇੱਧਰ ਆਇਓ ਇਹਨਾਂ ਦਾ ਹੱਥ ਤੇ ਅਸੀਂ ਪੈਰ ਜ਼ਰੂਰ नाप ਕੇ ਦੇਖਾਂਗੇ ਕਿੰਨੇ ਕਿੰਨੇ ਇੰਚ ਦੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਹੋਇਆ ਵੀਰੇ ਤੁਸੀਂ 10 ਇੰਚ ਦਾ ਹੱਥ ਹੀ ਆ ਕੱਲਾ ਇਹ ਕਿੱਥੇ ਆ ਜੀ ਪੂਰੀ ਏ ਅ ਇਹ ਚੱਲ ਗਿਆ ਲੋ ਕਿੱਥੇ ਕਿੱਥੇ ਕਰਕਿਓ ਇਹ ਲਗਾ ਲਿਆ ਜੀ ਪੂਰੇ 12 12 ਜਿਹੜੇ ਹੈਗੇ ਇੰਚ ਦੇ ਗੇਟ ਹੈ ਇੱਕ ਗਿੱਠ ਦੀ ਪੂਰੀ ਗੇਠ ਹੈ ਇਹਨਾਂ ਦੀ ਇੱਕ ਫੋਟੋ ਵੀ ਗੇਠ ਹੈ ਤੇ ਪੈਰ ਦਾ ਦੇਖਦੇ ਆਪਾਂ ਕਿੰਨਾ ਹੈ ਇਹ ਛੋਟਾ ਹੀ ਆ ਜੀ ਪੂਰੇ 15 ਇੰਚ ਹੀ ਪੈਰ ਆ ਇਹ 15 ਇੰਚ ਦੇ ਵੀਰ ਹੁਣਾ ਦੇ ਪੈਰ ਹੈ ਤੇ ਆਪਾਂ ਤੁਸੀਂ ਮੈਂ ਕਹਿੰਨੀ ਉੱਪਰ ਉੱਪਰੋਂ ਫੀਤਾ ਲਗਾਉਂਗੇ ਕੁਰਸੀ ਲੈਉਣੀ ਪੈਣੀ ਇੱਕ ਵਾਰੀ ਕੁਰਸੀ ਲੈਓ ਫੀਤਾ ਫੀਤਾ ਖਤਮ ਹੋ ਜਾਂਦਾ ਆ ਤੇ ਵੀਰ ਹੁਣਾ ਦੀ ਹਾਈਟ ਜਿਹੜੀ ਆ ਸੁੱਖ ਨਾਲ ਬਹੁਤ ਹੈ ਅੱਛਾ ਇੰਨਾ ਵੇਟ ਚੱਕ ਲਓਗੇ ਤੁਸੀਂ ਇਹਦਾ ਵਾਅਦਾ ਹੈ। ਉਹ ਬੱਲੇ ਵੀਰੇ ਕਿੰਨਾ ਵੀ ਹੈ ਤੁਹਾਡਾ? ਮੇਰਾ 95 ਕਿਲੋ ਆ। ਬੱਲੇ 95 ਕਿਲੋ ਇੱਕ ਹੱਥ ਨਾਲ ਤਾਂ ਵੀ ਕੋਈ ਕੋਈ ਸਾਹ ਨਹੀਂ ਕੋਈ ਕੁਝ ਨਹੀਂ ਹੈ ਨਾ। ਕੋਈ ਗੱਲ ਬਾਤ ਨਹੀਂ ਚੜਦੀ ਕਲਾ। ਅੱਛਾ ਵੀਰ ਜੀ ਇੱਕ ਇਨਸੀਡੈਂਟ ਤੁਸੀਂ ਦੱਸਦੇ ਸੀਗੇ ਟ੍ਰੇਨ 'ਚ ਸਫਰ ਕਰਦੇ ਸੀ ਟੀਟੀ ਦੇਖ ਕੇ बेहोश ਹੋ ਗਿਆ ਸੀਗਾ ਤੁਹਾਡੀਆਂ ਲੱਤਾਂ ਬਾਹਰ ਸੀਗੀਆਂ। ਨਹੀਂ ਜੀ ਹੋਰ ਅਸਲ ਤੇ ਰਾਤ ਸੀਗਾ ਤੇ ਰਾਤ ਸੁੱਤਾ ਸੀਗਾ ਮੈਂ ਵੀ। ਤੇ ਉਹ ਟ੍ਰੇਨ ਦਾ ਵਰਤੁੰਦਾ ਤੁਹਾਨੂੰ ਪਤਾ ਹੜਲੀ 6 ਜਾਂ 6 ਸਵਾ 6 ਫੁੱਟ ਤੇ ਹੁਣ 1.5 ਫੁੱਟ ਜਾਂ ਸਵਾ ਫੁੱਟ ਲੱਤਾ ਬਾਹਰ ਸੀ ਗਿਆ ਮੇਰੀਆ ਉਹ ਨੇਰਾ ਸੀਗਾ ਟੇਟ ਨਹੀਂ ਪਤਾ ਲਗਾ ਟੀੜੀ ਸਾਹ ਬੜੇ ਜ਼ੋਰ ਚ ਆਏ ਲੱਤਾ ਦੇ ਵਜੇ ਡਿੱਗ ਪਏ ਅੱਛਾ ਤੇ ਮੈਂ ਤਾਂ ਉੱਠਿਆ ਜਲਦੀ ਜਲਦੀ ਚ ਮੱਠਾਇਆ ਉਹ ਬੰਦਾ ਮੈਨੂੰ ਦੇਖ ਕੇ ਫੇਰ ਡਿੱਗ ਪਿਆ ਪਹਿਲਾਂ ਨਰਮ ਦੇਖ ਕੇ ਮੁਰਕੇ ਬਿਓਜਨ ਕਰੇ ਪਿਆ ਬੰਦਾ ਉਹ ਅੱਛਾ ਮੈਂ ਇਹ ਤਾਂ ਪੰਗਾ ਪੈਗਾ ਯਾਰ ਇਹ ਤੇ ਇਹ ਬੜਾ ਮਤਲਬ ਹੁੰਦਾ ਹੈ ਕਿਸੇ ਵੇਲੇ ਟਰੈਵਲ ਕਰਨਾ ਵੀ ਔਰ ਜਦ ਆਚੀ ਟ੍ਰੈਵਲ ਕਰੀਦਾ ਆ ਤੇ ਮੋਸਟਲੀ ਬਿਜ਼ਨਸ ਕਲਾਸ ਜਾਈਦਾ ਆ ਦੂਜੇ ਬੈਠਣ ਨਹੀਂ ਜਾਂਦਾ ਜੀ ਪ੍ਰੋਬਲਮ ਆਂਦੀ ਹੈ ਹਾਈਟ ਕਰਕੇ ਕੋਈ ਨਹੀਂ ਪ੍ਰੋਬਲਮ ਤਾਂ ਦੇਖੋ ਥੋੜੀ ਬੱਦਦਾ ਹੁੰਦੀ ਆ ਕਪੜੇ-ਕਪੜੇ ਦੀਆਂ ਜੁੱਤੀ ਦੀ ਬਾਕੀ ਜਿਵੇਂ ਆ ਟ੍ਰੈਵਲ ਕਰਨ ਦੇ ਵੀ ਬਾਕੀ ਗੁਰੂ ਸਾਹਿਬ ਦੀ ਕਿਰਪਾ ਬਹੁਤ ਜਿਆਦਾ ਹੈ ਕਿ ਇੱਜ਼ਤ ਬਹੁਤ ਬਖਸ਼ੀਆ ਮਾਲਕ ਨੇ ਤੇ ਇਹ ਸੋਚ ਤੋਂ ਪਰੇ ਕੰਮ ਆ ਜੀ ਜੀ ਅਜੇ ਇੱਕ ਇਨਸੀਡੈਂਟ ਤੁਸੀਂ ਹੋਰ ਵੀ ਕਰਦੇ ਹੋ ਕਿ ਇੱਕ ਬੱਚਾ ਬੜਾ ਇੰਨਾ ਕ੍ਰੇਜ਼ੀ ਸੀਗਾ ਉਹ ਕਹਿੰਦਾ ਸੀ ਮੈਂ ਲੰਮੇ ਪੈ ਕੇ ਫੋਟੋ ਖਿਚਵਾ ਲਵਾਂ ਤੁਹਾਡੇ ਨਾਲ ਅੱਜ ਜਿਹਾ ਜਿਹਾ ਮੇਲੇ ਗਏ ਸੀ ਆਪਣਾ ਅਨੰਦਪੁਰ ਸਾਹਿਬੀ ਹੋਲੇ ਮੱਲੇ ਤੇ ਤੇ ਕ੍ਰੀਬ ਕੰਡਾ ਡੇੜ ਕੰਡਾ ਮੈਂ ਫੋਟੋ ਖਿਚਵਾਉਂਦਾ ਰਿਹਾ ਤੇ ਮੈਂ ਬਾਅਦ ਚ ਸੰਗਤ ਨੂੰ ਕਿਹਾ ਮੈਂ ਅਜੇ 10 ਮਿੰਟ ਆਰਾਮ ਕਰ ਲੈਣ ਦੋ ਫਿਰ ਖਿਚਵਾਉਨੇ ਆ ਤੋ ਮੈਂ ਲੇਟ ਗਿਆ ਜੀ ਉੱਥੇ ਘਾਤੇ ਤੇ ਇੱਕੋ ਬੱਚਾ ਆਇਆ ਬਹ 13-14 ਸਾਲ ਦਾ ਹੋਏਗਾ ਤੇ ਉਹ ਕਹਿੰਦਾ ਅੰਕਲ ਜੀ ਫੋਟੋ ਖਿਚਾਉਣੀ ਹੈ ਮੈਂ ਯਾਰ ਮੈਂ ਹੁਣ ਨਹੀਂ ਤੂੰ ਅੱਧਾ ਕਹਿੰਦਾ ਰੁੱਕ ਗਿਆ ਮੈਂ ਉਹ ਕਹਿੰਦਾ ਅੰਕਲ ਜੀ ਮੇਰੀ ਟਰਾਲੀ ਚਲੇ ਜਾਣੀ ਫਿਰ ਤੇ ਮੈਂ ਯਾਰ ਫੇਰ ਔਖਾ ਉਹਨਾਂ ਸੈਰ ਤੇ ਦੋਆ ਦੋ ਦੇਖਿਆ ਕਹਿੰਦਾ ਅੰਕਲ ਜੀ ਲੰਮੇ ਭੇ ਕੇ ਚਾਲਾ ਨਾਲ ਮੈਂ ਯਾਰ ਤੂੰ ਕਿਵੇਂ ਖਿੱਚੇਂ ਕਹਿੰਦਾ ਮੈਂ ਖਿੱਚ ਲਊਗਾ ਤੁਸੀਂ ਮੈਨੂੰ ਲੰਮੇ ਭੇਨ ਦੋ ਨਾਲ ਮੇਰਾ ਲੇਟਿਆ ਜੀ ਦੂਸਰੇ ਮੋੜ ਤੇ ਫੋਟੋ ਖਿਚੀ ਉਹਦੀ ਅੱਛਾ ਅੱਛਾ ਵਧੀਆ ਲੱਗਦਾ ਫਿਰ ਜਦੋਂ ਇੰਨਾ ਲੋਕ ਪਿਆਰ ਦਿੰਦੇ ਨੇ ਬਹੁਤ ਖੁਸ਼ੀ ਹੁੰਦੀ ਜੀ ਮਾਲਕ ਦਾ ਸ਼ੁਕਰ ਹੈ ਧੰਨਵਾਦ ਪਾਸ਼ਾ ਦਾ ਕਿ ਉਹਨਾਂ ਨੇ ਇੱਕ ਯੂਨੀਕ ਆਡੈਂਟੀ ਬਖਸ਼ੀ ਹੈ ਜੀ ਕਿਉਂਕਿ ਦੇਖੋ ਹਰ ਇੱਕ ਬੰਦਾ ਚਾਹੁੰਦਾ ਉਹਦੀ ਪਹਿਚਾਨ ਹੋਵੇ ਔਰ ਇਦਾਂ ਮਾਲਕ ਨੇ ਅਸੀਂ ਪਹਿਚਾਨ ਦੇ ਦਿੱਤੀ ਹੈ ਜਿੰਨੂੰ ਇੱਕ ਵਾਰ ਮਿਲ ਲਈਦਾ ਹੈ ਉਹ ਸਾਰੀ ਜ਼ਿੰਦਗੀ ਯਾਦ ਰੱਖਦਾ ਹੈ ਅੱਛਾ ਕਈ ਵਾਰੀ ਆਪਣੇ ਨਾਰਮਲੀ ਕਿਤੇ ਜਾਂਦੇ ਵੀ ਕਈ ਵਾਰੀ ਹਨਾ ਉਨੀ ਇੱਕੀ ਹੋ ਜਾਂਦੀ ਝਗੜਾ ਹੋ ਜਾਂਦਾ ਕਦੀ ਕਿਸੇ ਦੀ ਹਿੰਮਤ ਪਈ ਤੁਹਾਨੂੰ ਟੱਕਰ ਦੇਣ ਦੀ ਜਾ ਕੇ ਕੋਈ ਖੜਿਆ ਹੋਵੇ ਲੜਨ ਲਈ ਅਸੀਂ ਨਾ ਮੈਂ ਤੇ ਮੇਰਾ ਬ੍ਰਦਰ ਸੀ ਵੱਡਾ ਅਸੀਂ ਜਾ ਰਹੇ ਸਾਡੀ ਗੱਡੀ ਸਾਈਡ ਮਾਰਤੀ ਕਿਸੇ ਨੇ ਤੇ ਮੈਂ ਸਾਈਡਲ ਸੀਟ ਤੇ ਲੇਟਿਆ ਸੀਗਾ ਤੇ ਚਲ ਤੂੰ ਤੂੰ ਮੈਂ ਮੈਂ ਹੋ ਗਈ ਤੇ ਉਹ ਬੰਦੇ ਨਾਲ ਮੇਰੇ ਬਦਰ ਤੇ ਪੂਰਾ ਗਲਗੁਲ ਪੈਨ ਨੂੰ ਫਿਰਦੇ ਸੀਗੇ ਤੇ ਉਹਨੇ ਮੈਨੂੰ ਨਾ ਬੁਲਾਇਆ ਕਹਿੰਦਾ ਆ ਜਾ ਉਹ ਤੋਂ ਨਿਕਲ ਜਦੋਂ ਮੈਂ ਕੁੱਟਿਆ ਗਿਆ ਮੈਂ ਬਾਹਰ ਨਿਕਲਿਆ ਜੀ ਉਹ ਵੇਖ ਰਹਿ ਮੇਰੇ ਨਾਲ ਉਹ ਪੰਜ ਛੇ ਬੰਦੇ ਸੀਗੇ ਉਹ ਕਹਿੰਦਾ ਭਾਈ ਆਪਣੇ ਬੰਦੇ ਨੂੰ ਸਮਝਾਓ ਕਿ ਸਾਡੇ ਬੰਦੇ ਦਾ ਮੂੰਹ ਬਾੜਦਾ ਕਿਦਾ ਤੁਹਾਡਾ ਇਹ ਦੇਖੋ ਨਾਰਮਲੀ ਗੱਲ ਆ ਸਰੀਰ ਤਗੜੇ ਨਾਲ ਫਰਕ ਪਤਾ ਪੈਂਦਾ ਜੀ ਬਿਲਕੁਲ ਜੀ ਅੱਛਾ ਵੈਸੇ ਤੋਂ ਮੂੰਹ ਹਲਾ ਦਿੰਦੇ ਹੋਗੇ ਇੱਕ ਥੱਪੜ ਦੇ ਨਾਲ ਹੀ ਜੇ ਕਿਤੇ ਮਾਰਾ ਜਾਂ ਟੱਚ ਕਰਦੇ ਹੋਗੇ ਤਾਂ ਹੀ ਹਿਲ ਜਾਂਦਾ ਜੀ ਜਿਆਦਾ ਭਰੇ ਜੀ ਕਰੀਦਾ ਜੀ ਅੱਜ ਕੱਲ ਲੋਕਾਂ 'ਚ ਹੈ ਕੋਈ ਨਹੀਂ ਇਹ ਪੱਲੇ ਐਵੇਂ ਕਿਸ ਨੂੰ ਮਾਰ ਕੇ ਪੰਗੇ ਨੂੰ ਫੜੇ ਰਵਾਂਗੇ ਇਸ ਲਈ ਬਚਾਈ ਆਪਣਾ ਬਚਾਈ ਰੱਖੀਦਾ ਹੈ ਇਹ ਸਿੱਖੀ ਸਰੂਪ ਦੇ ਵਿੱਚੋਂ ਵੀਰੇ ਸੁਭਾਅ ਵੀ ਬਹੁਤ ਵਧੀਆ ਤੁਹਾਡਾ ਬੜੀ ਨਿਮਰਤਾ ਹੈ ਤੁਹਾਡੇ ਵਿੱਚ ਧੰਨਵਾਦ ਜੀ ਧੰਨਵਾਦ ਅੱਛਾ ਹੁਣ ਨਾ ਇਹਨਾਂ ਦੇ ਜਿਹੜੇ ਨਾਲ ਵੀਰ ਖਾਲਸਾ ਗਰੁੱਪ ਦੇ ਮੈਂਬਰ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀਰ ਜੀ ਉਹਨਾਂ ਦਾ ਨਾਮ ਕਵਲਜੀਤ ਸਿੰਘ ਹੈ ਜੀ ਪ੍ਰੈਜ਼ੀਡੈਂਟ ਆਏ ਸਾਡੇ ਗਰੁੱਪ ਦੇ ਵੀਰ ਖਾਲਸਾ ਗਰੁੱਪ ਦੇ ਸਰਦਾਰ ਕਵਲਜੀਤ ਸਿੰਘ ਜੀ ਕਿਵੇਂ ਜੁੜਦੇ ਹੋ ਕਿਵੇਂ ਜਿਹੜਾ ਹੈਗਾ ਮੇਲ ਮਲਾਪ ਹੁੰਦੇ ਵੀਰ ਜੀ ਫਤਿਹ ਦੀ ਸਾਂਝ ਪਾਵਾਂਗੇ ਵਾਜੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਠੀਕ ਹੋ? ਬਸਵਦੀਆ ਜੀ ਬਹੁਤ ਵਧੀਆ। ਅੱਛਾ ਵੀਰ ਹੁਣਾਂ ਦੇ ਨਾਲ ਮੇਰੀ ਕਾਫੀ ਟਾਈਮ ਤੇ ਇਹਨਾਂ ਨਾਲ ਗੱਲ ਹੋ ਰਹੀ ਹੈ ਤਾਂ ਕਰਕੇ ਮੂੰਹ ਬੜਾ ਔਕਾ ਹੋਇਆ ਸੀਗਾ ਹੁਣ ਥੋੜਾ ਜਿਹਾ ਬਰਾਬਰ ਦੇ ਨਾਲ ਗੱਲਬਾਤ ਕਰਾਂਗੇ ਵੀਰ ਜੀ। ਕਿਵੇਂ ਮੇਲ ਮਿਲਾਪ ਹੁੰਦੇ ਥੋੜਾ ਜਿਹਾ ਕੈਮਰੇ ਵੱਲ ਨੂੰ ਲੁੱਕ ਕਰ ਲਓ ਤੁਸੀਂ। ਹਾਂਜੀ ਹਾਂਜੀ ਮੇਲ ਮਿਲਾਪ ਜੀ ਵੀਰ ਜੀ ਨੂੰ ਮੈਂ ਤਰਨਤਨ ਸਾਹਿਬ ਦੇਖਿਆ ਸੀ ਜੀ। ਤੇ ਮੇਰੇ ਦਿਲ ਦੀ ਇਹੋ ਹੀ ਹੁੰਦੀ ਹੈ ਵੀ ਮੈਨੂੰ ਕੋਈ ਵਧੀਆ ਬੰਦਾ ਮਿਲੇ, ਕੋਈ ਟੈਲੈਂਟਡ ਬੰਦਾ ਮਿਲੇ ਤੇ ਅਸੀਂ ਆਪਣੇ ਗਰੁੱਪ ਦੇ ਵਿੱਚ ਜਾਈਏ ਤੇ ਸਾਡੀ ਕੌਮ ਦਾ ਨਾਮ ਰੌਸ਼ਨ ਹੋਵੇ। ਤੇ ਜਦੋਂ ਮੈਂ ਭਾਜੀ ਜੀ ਉਦੋਂ ਉਸ ਟਾਈਮ ਕਟਿੰਗ ਸੀ ਤੇ ਜਦੋਂ ਅਸੀਂ ਉਹ ਇਹ ਭਾਈ ਭਾਈ ਸਾਹਿਬ ਮੇਰੇ ਅੱਗੇ ਕੇ ਜਾ ਰਹੇ ਸੀ ਤੇ ਮੈਂ ਮਗਰ ਮਗਰ ਜਾਈ ਗਿਆ ਇਹਨਾਂ ਦੇ ਕਿੱਥੇ ਜਿੱਥੇ ਕਿਤੇ ਰੋਕਦੇ ਆ ਤੇ ਮੈਂ ਗੱਲ ਕਰਦਾ ਇਹਨਾਂ ਦੇ ਨਾਲ ਤੁਹਾਨੂੰ ਪਹਿਲੀ ਵਾਰੀ ਇਹਨਾਂ ਨੂੰ ਦੇਖ ਕੇ ਹੈਰਾਨੀ ਹੋਈ ਸੀ ਬਹੁਤ ਜ਼ਿਆਦਾ ਹੈਰਾਨੀ ਹੋਈ ਸੀ ਜਿਹੜੇ ਇਹ ਬਹੁਤ ਜ਼ਿਆਦਾ ਮੈਂ ਦੇਖ ਕੇ ਹੈਰਾਨ ਸੀ ਵੀ ਐਡਾ ਤਕੜਾ ਸਿੰਘ ਤੇ ਪਰ ਸਿਰ ਦੇ ਉੱਤੇ ਵਾਰ ਨਹੀਂ ਪਰ ਉਹਦੇ ਵਿੱਚ ਵਾਸਤੇ ਮੈਨੂੰ ਨਮੋਸ਼ੀ ਵੀ ਸੀ ਪਰ ਮੇਰੇ ਮੇਰੇ ਉਸ ਟਾਈਮ ਮੈਂ ਇਹਨਾਂ ਦਾ ਫੈਨ ਹੋ ਗਿਆ ਸੀ ਕਿ ਭਾਈ ਸਾਹਿਬ ਨੂੰ ਮੈਂ ਆਪਣੇ ਗਰੁੱਪ ਦੇ ਵਿੱਚ ਲੈ ਕੇ ਆਣਾ ਹੀ ਆਣਾ ਹੈ ਜੀ ਮੈਂ ਤਾਂ ਦੱਸਾਂ ਜੇ ਇਹ ਭਾਈ ਸਾਹਿਬ ਮੈਨੂੰ ਬੰਦੇ ਜੀ ਉਸਤਾਦ ਮੇਰੇ ਨੂੰ ਕਹ ਮੈਂ ਅਜੀ ਦੇਖੋ ਮੈਂ ਫਾਈਨੈਂਸ਼ਲੀ ਠੀਕ ਆ ਜੌਬ ਕਰਦਾ ਮੈਂ ਪੰਜਾਬ ਪੁਲਿਸ ਦੀ ਕੋ ਮੇਰਾ ਬੱਚਾ ਬੇਟੀ ਹੈ ਮੇਰੀ ਔਰ ਮਿੰਨੂ ਕੋਈ ਲੋੜ ਨਹੀਂ ਆ ਪੰਗਿਆ ਲੈਣ ਦੀ ਕਿਸੇ ਪੈਸੇ ਜਾਂ ਮਤਲਬ ਕੋਈ ਗੱਲਬਾਤ ਇਹਨਾਂ ਨੇ ਮਿੰਨੂ ਨੇ ਇੱਕ ਬੜੀ ਵਧੀਆ ਕ ਲਾਈਨ ਕਹੀ ਇਹਨਾਂ ਨੇ ਉਹਦੇ ਪਲਵਾਨ ਜੀ ਸਾਰੇ ਕੰਮ ਪੈਸੇ ਲਈ ਨਹੀਂ ਕੀਤੇ ਜਾਂਦੇ ਕੋਸ਼ ਕੰਮ ਆਪਣੀ ਪਛਾਣ ਲਈ ਆਪਣੇ ਕੌਮ ਖਾਤਰ ਵੀ ਕੀਤੇ ਜਾਂਦੇ ਨੇ ਉਹਦੇ ਕਿਸੇ ਨੂੰ ਪਤਾ ਨਹੀਂ ਦੁਨੀਆ ਜਿੰਦਾ ਲੰਬਾ ਸਿੱਖ ਸਰਦਾਰ ਮਯੂਦ ਆ ਔਰ ਗੱਲ ਸੱਚੀ ਨਿਕਲੀ ਜੀ ਇਹਨਾਂ ਦੀ ਮੈਂ ਗਰੁੱਪ ਜੁਆਇਨ ਕੀਤਾ ਫਿਰ ਅਸੀਂ ਰੱਬ ਤੁਹਾਡਾ ਭਲਾ ਕਰੇ ਅਮਰੀਕਾ ਆਸਟ੍ਰੇਲੀਆ ਫਰਾਂਸ ਸਿੰਗਾਪੁਰ ਦੁਬਈ ਜਰਮਨ ਕੈਨੇਡਾ ਹੋਰ ਕਈ ਮਲਕਾਂ 'ਚ ਹੋ ਲਾਇਆ ਔਰ ਆਪਰੇ ਚਲੋ ਪੰਜਾਬੀ ਤੇ ਫੋਟੋ ਖਿਚਵਾ ਲੇ ਜੇ ਗੋ ਪਿਛੋੜ ਦਾ ਕੰਮ ਹੁੰਦੇ ਆ ਜੀ ਅੱਛਾ ਜੀ ਬਿਲਕੁਲ ਪਰ ਵਧੀਆ ਲੱਗਦਾ ਕਿ ਕਿੱਥੇ ਤੱਕ ਤੁਸੀਂ ਪਹੁੰਚ ਗਏ ਹੋ ਇੱਕ ਸਿੱਖੀ ਸਰੂਪ ਕਰਕੇ ਤੇ ਮਹਾਰਾਜ ਨੇ ਜਿਹੜੀ ਇੰਨੀ ਵੱਡੀ ਜਿਹੜੀ ਤੁਹਾਨੂੰ ਦੇ ਦਿੱਤੀ ਇਨਹੀਟ ਦਿੱਤੀ ਆ ਇਹ ਸਾਰੀ ਆਸ ਬੰਦੇ ਦੀ ਕਮਾਲ ਆ ਜੀ ਜਿੱਥੋਂ ਤੱਕ ਪਹਚੌਣ ਵਾਲਾ ਵੀਰ ਮੇਰਾ ਇਹ ਹੀ ਵੱਡਾ ਤੇ ਬਾਕੀ ਮਾ ਕਿਰਪਾ ਦਾ ਮਾਲਕ ਦੀ ਆ ਜੀ ਜਿੰਨੇ ਏਡੀ ਦੇ ਦਿੱਤੀ ਆ ਪਰ ਦੇ ਇੱਕ ਦੇਖੋ ਕੋਈ ਚੀਜ਼ ਇੱਕ ਹੀਰਾ ਹੀਰਾ ਵੀ ਮਿਲਦਾ ਹੈ ਉਹਨੂੰ ਪਾਲਿਸ਼ ਕਰਨਾ ਪੈਂਦਾ ਆ ਆ ਪਾਲਿਸ਼ ਕਰਨ ਵਾਲਾ ਵੀਰ ਆ ਜੀ ਇੱਥੋਂ ਤੱਕ ਪਹਚਾਉਣ ਵਾਲਾ ਦੇਖੋ ਜੀ ਬਾਕੀ ਭਾਈ ਸਾਹਿਬ ਦੀ ਵੀ ਬੜਾ ਵਧੀਆ ਵੀਰਜੀ ਦਾ ਸੁਭਾਅ ਆ ਕਿ ਮਤਲਬ ਕੋਈ ਵੀਰਜੀ ਦੇ ਵਿੱਚ ਹੰਕਾਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹਨਾਂ ਦੇ ਵਿੱਚ ਕਿ ਜਿਹੜਾ ਵੀ ਕੋਈ ਮਿਲਦਾ ਵਾ ਬੜੇ ਪਿਆਰ ਨਾਲ ਵੀਰਜੀ ਉਹਨੂੰ ਮਿਲਦੇ ਆ ਜੇ ਕੋਈ ਫੋਟੋ ਵੀ ਕਰਾਉਣ ਆਉਂਦਾ ਵਾ ਕਦੀ ਵੀ ਇਕੱਲੇ ਨਹੀਂ ਪੈਂਦਾ ਕਿ ਮਤਲਬ ਖੁਸ਼ ਹੋ ਗਏ ਮਤਲਬ ਅਗਲੇ ਨਾ ਫੋਟੋ ਕਰਾਉਂਦੇ ਜਿੱਥੇ ਵੀਰ ਜੀ ਜਾਂਦੇ ਆ ਵੀ ਲੋਕੀ ਕਾਇਲ ਹੋ ਜਾਂਦੇ ਇਹਨਾਂ ਦੇ ਬਹੁਤ ਅਚੀਵਮੈਂਟਸ ਕੀਤੀਆਂ ਤੁਸੀਂ ਵਿਦੇਸ਼ਾਂ ਤੱਕ ਵੀਰ ਹੁਣਾਂ ਨੂੰ ਪਹੁੰਚਾਇਆ ਕਿੱਥੇ ਕਿੱਥੇ ਤੱਕ ਜਾ ਚੁੱਕੇ ਹੋ ਕਿਹੜੇ ਕਿਹੜੇ ਜਿਹੜੇ ਰਿਐਲਿਟੀ ਸ਼ੋਜ਼ ਦੇ ਵਿੱਚ ਪਾਰਟਿਸਿਪੇਟ ਕਰ ਲਿਆ ਤੁਸੀਂ ਅਸੀਂ ਜੀ ਸਭ ਤੋਂ ਪਹਿਲਾਂ ਤੇ ਜਦੋਂ ਭਾਈ ਸਾਹਿਬ ਆਏ ਸੀ ਪਹਿਲਾਂ ਤੇ ਇਹਨਾਂ ਦੀ ਬੜੀ ਅਸੀਂ ਮਿਹਨਤ ਕਰਾਈ ਹੈ ਜੀ ਏ ਪ੍ਰੈਕਟਿਸ ਕਰਾਏ ਜਿੱਦਾਂ ਸ਼ੋਅ ਕਰਾਏ ਵੀਰਜੀ ਹੁਣੇ ਅਜੇ ਨਵੇਂ ਸੀ ਵਰਲਡ ਰਿਕਾਰਡ ਜਿਹੜੇ ਆ ਕਿ ਇੱਕ ਵਰਲਡ ਆਪਣਾ ਹੈਗਾ ਸਟਰੋਂਗ ਮੈਨ ਹੈਗਾ ਵਾ ਉਹਨੂੰ ਅਸੀਂ ਚੈਲੰਜ ਕਰਾਏ ਆ ਖਾਨ ਬਾਬੇ ਨੂੰ ਚੈਲੰਜ ਕਰ ਰਹੇ ਆ ਹੋਰ ਅਸੀਂ ਕਾਫੀ ਜਿਹੜੇ ਮਤਲਬ ਰਿਕਾਰਡ ਆ ਜਿਹੜੇ ਉਹ ਅਸੀਂ ਭਾਜੀ ਦੇ ਨਾਮ ਦੇ ਉੱਤੇ ਕਰਾਂਗੇ ਤੇ ਬਾਕੀ ਅਸੀਂ ਅਮਰੀਕਾ ਕੈਨੇਡਾ ਜਾਪਾਨ ਤੁਰਕੀ ਫਰਾਂਸ ਇਦਾਂ ਕਾਫੀ ਜਿਹੜੇ ਕੰਟਰੀਆਂ ਦੇ ਵਿੱਚ ਅਸੀਂ ਸ਼ੋਅ ਕੀਤੇ ਹੋਇਆ ਜੀ ਅੱਛਾ ਕੁਝ ਇਦਾਂ ਦਾ ਹੋਇਆ ਹੋਵੇ ਜੇ ਤੁਸੀਂ ਇਹਨਾਂ ਨੂੰ ਵਿਦੇਸ਼ ਚ ਲੈ ਕੇ ਆਉਂਗੇ ਗਏ ਹੋਗੇ ਤਾਂ ਉੱਥੇ ਇਦਾਂ ਦਾ ਕੁਝ ਹੋਇਆ ਕਿ ਲੋਕ ਹੈਰਾਨ ਹੋਗੇ ਹੁਣ हां जी हां जी जी ਜਿਹੜੇ ਸਾਡੇ ਐਕਟ ਆ ਜੀ ਉਹ ਦੁਨੀਆ ਨੂੰ ਜबान ਦੇ ਥੱਲੇ ਦੰਦਾਂ ਦੇ ਥੱਲੇ ਜबान ਦੇ ਕੇ ਦੇਖਣ ਨੂੰ ਮਜਬੂਰ ਕਰਦੇ ਆ ਜੀ ਤੇ ਜਿਹੜੇ ਅੱਗੇ ਵੀ ਸਾਡੇ ਜਿਹੜੇ ਐਕਟ ਆ ਉਹ ਵੀ ਬਹੁਤ ਜ਼ਿਆਦਾ ਖਤਰਨਾਕ ਆ ਜੀ ਉਹ ਜਿਹੜੇ ਭਾਈ ਸਾਹਿਬ ਹੋਰ ਵਧੀਆ ਕਰਨਗੇ ਜੀ ਅੱਛਾ ਫਿਰ ਮੈਂ ਇਹ ਫਨੀ ਵਿੱਚ ਪੁੱਛਦੀ ਆ ਫਿਰ ਗੋਰੇ ਮੰਨ ਕੇ ਪੰਜਾਬੀਆਂ ਨੂੰ ਮੰਨਦੇ ਆ ਜੀ ਪੂਰੇ ਆ ਜੀ ਉਹ ਤੇ ਟੀਕਾ ਮਾਰਦੇ ਆ ਜੀ ਗੋਰੇ ਭਾਈ ਸਾਹਿਬ ਦੇ ਤੁਹਾਨੂੰ ਅਸੀਂ ਦਵਾਂਗੇ ਵੀਡੀਓ ਦਵਾਂਗੇ ਤੇ ਜਦੋਂ ਭਾਈ ਸਾਹਿਬ ਆਉਂਦੇ ਆ ਉਦੋਂ ਜ਼ਿਆਦਾ ਰੌਲਾ ਪੈਂਦਾ ਚਲੋ ਸਾਡੇ ਤਾਂ ਨਾਰਮਲ ਆ ਸਾਨੂੰ ਦੇਖ ਕੇ ਕਹਿੰਦੇ ਪਤਾ ਨਹੀਂ ਇਹਨਾਂ ਕੀ ਕਰਨਾ ਜਦੋਂ ਭਾਜੀ ਜਾਂਦੇ ਆ ਤੇ ਉਦੋਂ ਇਨਾਂ ਦੀ ਤਾਂ ਦੇ ਲਈ ਇੱਛਾ ਹੈ ਕਿ ਇਹਨਾਂ ਨੂੰ ਕੋਈ ਹਾਈਟ ਦਾ ਮਿਲੇ ਜਾਂ ਬਰਾਬਰ ਦਾ ਮਿਲੇ ਜਾਂ ਉੱਚਾ ਮਿਲੇ ਜਿਨ੍ਹਾਂ ਨੂੰ ਇਹ ਵੀ ਤੋਂ ਚੱਕ ਕੇ ਗੱਲ ਕਰ ਸਕਣ ਤੁਹਾਨੂੰ ਕਦੀ ਇਹਨਾਂ ਦੇ ਬਰਾਬਰ ਦਾ ਬੰਦਾ ਲੱਭਾ ਨਹੀ ਜੀ ਮੈਨੂੰ ਅਜ ਤੱਕ ਨਹੀ ਜੀ ਕੋਈ ਮਿਲਿਆ ਜੀ ਅਸੀਂ ਵੀ ਇੰਨੀ ਥਾਂ ਹੀ ਗਏ ਆ ਮੈਂ ਭਾਜੀ ਤੋਂ ਜਿਆਦੀਆਂ ਕੰਟਰੀਆਂ ਦੇ ਵਿੱਚ ਮੈਂ ਸ਼ੋਅ ਕੀਤੇ ਹੋਏ ਭਾਜੀ ਤੋਂ ਪਹਿਲਾਂ ਵੀ ਕਾਫੀ ਕੰਟਰੀਆਂ ਦੇ ਵਿੱਚ ਜਾ ਚੁੱਕਾ ਵਾਂ ਜੇਕਰ ਉਹ ਉਦੋਂ ਮਿਲਿਆ ਹੁੰਦਾ ਤੇ ਉਦੋਂ ਸ਼ਾਇਦ ਉਹਨੂੰ ਗੋਰੇ ਨੂੰ ਆਂਦੇ ਪਰ ਸਾਡਾ ਸਾਨੂੰ ਪੰਜਾਬ ਦੇ ਵਿੱਚ ਹੀ ਸਾਡਾ ਹੀਰਾ ਸਾਨੂੰ ਮਿਲ ਗਿਆ ਤੇ ਇਸ ਕਰਕੇ ਸਾਨੂੰ ਫਖਰ ਆ ਜੀ ਭਾਜੀ ਦੇ ਉੱਪਰ अच्छा वीर ਤੁਹਾਡੀ ਜਦਾਂ ਮੈਰਿਜ ਹੋਈ ਆ ਤੁਹਾਡੀ ਵਾਈਫ ਆ ਤੁਹਾਡੀ ਬੇਟੀ ਆ ਤੇ ਵਾਈਫ ਦੀ ਕਿੰਨੀ ਹਾਈਟ ਆ ਤੁਹਾਡੀ ਉਹ ਆ ਨਾਮ ਹੈ ਸੁਖਵੀਰ ਕੌਰ ਹਾਈਟ ਆ ਜੀ 6 ਫੁੱਟ ਅੱਛਾ ਜੀ ਜੀ ਠੀਕ ਆ ਉਹਨਾਂ ਦੀ ਹਾਈਟ ਵੀ ਨਾਰਮਲ ਥੋੜਾ ਕਿੱਥੇ ਕਿ ਤੱਕ ਆਉਂਦੇ ਹੋਣਗੇ ਤੁਹਾਡੇ ਮੈਂ ਤੁਹਾਨੂੰ ਫੋਟੋ ਦਊਗਾ ਤੁਸੀਂ ਵਿੱਚ ਲਾ ਦਿਓ ਨਾਲ ਤੇ ਬੇਟੀ ਮੇਰੀ 13 ਸਾਲ ਦੀ ਆ ਜੀ ਉਹਦੀ ਹਾਈਟ ਹੋ ਗਈ ਆ ਜੀ 5 ਫੁੱਟ 7 ਇੰਚ ਅੱਛਾ ਮਰ ਤੁਹਾਡੇ ਲਾਗੇ ਛਾਗੇ ਪਹੁੰਚ ਜਾਊਗੀ ਉਹਨਾਂ ਦੀ ਵੀ ਆ ਜੀ ਆ 6 ਤੋਂ ਟੱਪੇਗੀ ਜੀ ਆਪਣੀ ਮੰਮਾ ਨੂੰ ਕੱਟੇਗੀ ਉਹ ਜੀ ਤੇ ਪਰਿਵਾਰ ਦੇ ਵਿੱਚ ਕੋਈ ਹੋਰ ਮੈਂਬਰ ਹੈਗਾ ਜਿਨ੍ਹਾਂ ਦੀ ਹਾਈਟ ਤੁਹਾਡੇ ਜਿੰਨੀ ਸੀ ਜਦੋਂ ਮਤਲਬ 6 ਫੁੱਟ ਤੋਂ ਉੱਪਰ ਸੀਗੀ ਹਾਈਟ ਨਹੀਂ ਮੇਰੇ ਦਾਦਾ ਜੀ ਸਾਡੇ 6 ਫੁੱਟ ਸੀਗੇ ਤੇ ਮੇਰੇ ਦਾਦਾ ਜੀ ਬਰਦਰ ਸੀ ਵੱਡੇ ਮਤਲਬ ਉਹ ਮੇਰੇ ਜਨਮ ਤੋਂ ਪਹਿਲਾਂ ਕਾਫੀ ਟਾਈਮ ਪਹਿਲਾਂ ਪੂਰੇ ਹੋ ਗਏ ਸੀ ਉਹ ਪਿੰਡ ਵਾਲਾ ਦਸਮਤਬਕ ਮੇਰੇ ਤੋਂ ਲੰਬੇ ਸੀਗੇ ਜੀ ਅੱਛਾ ਜੀ ਅੱਛਾ ਜਿੱਦਾਂ ਪਿੰਡ ਦੇ ਵਿੱਚ ਲਾਗੇ ਛਾਗੇ ਵਾਲੇ ਪਿੰਡਾਂ ਨੂੰ ਪਤਾ ਹੁੰਦਾ ਫਿਰ ਲੋਕ ਤੁਹਾਨੂੰ ਮਿਲਣ ਆਉਂਦੇ ਘਰੇ ਇਹ ਬੜਾ ਹੁੰਦਾ ਜੀ ਕਿਸੇ ਕਰ ਗੈਸਟ ਆਵੇ ਤੇ ਮਲਾਉਣ ਲਿਆਉਂਦੇ ਆ ਫੋਟੋ ਖਿਚਾਉਣ ਲਿਆਉਂਦੇ ਆ ਕਈ ਵਾਰ ਤਾਂ ਐਸਾ ਹੁੰਦਾ ਕਿ ਬੰਦਾ ਚਲੋ ਘਰੇ ਆ ਨਿਕਕ ਡਿਸ਼ੜ ਪਾਈ ਆ ਜਾਂ ਕਸ਼ਾਇਦੇ ਜਾਂ ਬਨਾਨ ਚਾਹ ਜਾਂ ਜਿਵੇਂ ਵੀ ਲਾ ਲਓ ਤੁਸੀਂ ਨਾਰਮਲੀ ਆਪਾਂ ਘਰਾਂ ਦੇ ਕਿਹੜਾ ਕਿ ਪਿੰਡ ਛੜ ਪਾ ਕੇ ਬੈਠ ਜਿੰਨੇ ਆ ਤਾਂ ਕੋਈ ਬੰਦੇ ਗੈਸਟ ਲੈ ਕੇ ਆ ਜਾਂਦੇ ਸਪੈਸ਼ਲ ਤਿਆਰ ਹੋਣਾ ਪੈਂਦਾ ਫੋਟੋ ਖਚਾਉ ਲਈ ਅੱਛਾ ਜੀ ਮੈਨੂੰ ਕੱਲ ਲੱਗਦਾ ਕਿ ਇਦਾਂ ਹੀ ਆ ਵੀ ਪਿਆਰ ਮਿਲਦਾ ਹੈ ਮਾਲਕ ਦੀ ਕਿਰਪਾ ਜੀ ਇੱਕ ਸਿੰਘ ਨੇ ਗੁਣ ਦਿੱਤਾ ਸੀਗਾ ਜੀ ਉਹ ਕਹਿੰਦੇ ਕਿ ਵੀ ਜਗਦੀਪ ਸਿੰਘ ਆ ਕਾਦਾ ਤੇਰਾ ਨਹੀਂ ਹੈ ਇਹ ਤੈਨੂੰ ਮਾਲਕ ਦਾ ਦਿੱਤਾ ਹੈ ਤੋਹਫਾ ਹੈ ਤੇ ਤੇਰਾ ਕਰਮ ਹੈ ਕਿ ਜੇ ਕੋਈ ਫੋਟੋ ਖਚਾਉਣਾ ਵੀ ਮਨਾ ਨਹੀਂ ਕਰਨਾ ਕਿਉਂਕਿ ਤੇਰਾ ਨਹੀਂ ਆ ਇਹ ਮਾਲਕ ਦਾ ਕਾਦਿਆ ਅੱਛਾ ਵੀਰ ਜੀ ਜਦੋਂ ਬਾਹਰ ਨਿਕਲਦੇ ਹੋਗੇ ਲੋਕ ਖੜ ਖੜ ਕੇ ਰੋਕ ਰੋਕ ਕੇ ਤੁਹਾਨੂੰ ਫੋਟੋ ਖਿਚਾਉਂਦੇ ਹੋਣਗੇ ਹਨਾ ਦੇਖ ਕੇ ਹੈਰਾਨ ਵੀ ਹੁੰਦੇ ਹੋਵੋਗੇ ਤੁਹਾਨੂੰ ਰੋਕਦੇ ਨੇ ਰਸਤੇ ਦੇ ਵਿੱਚ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਔਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ 99% ਮੈਂ ਕਿਸੇ ਨੂੰ ਮਨਾ ਨਹੀਂ ਕਰਦਾ ਜਿਹੜਾ ਜੋ ਆਈ ਹਾਂ ਜੀ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ ਕਿ ਉਹਨਾਂ ਮੈਨੂੰ ਕਿਹਾ ਸੀਗਾ ਵੀ ਤੇਰਾ ਕਰ ਮੈਂ ਫੋਟੋ ਖਿਚਾਉਣਾ ਕਿਸ ਰੱਜ ਕੇ ਆਵੇ ਕਹਿੰਦਾ ਕਿ ਦੇਖੋ ਦੁਨੀਆ ਟੈਨਸ਼ਨ ਚ ਤੁਰੀ ਫਿਰਦੀ ਆ ਉਹਨਾਂ ਦੇ ਕਿ ਤੈਨੂੰ ਨਹੀਂ ਪਤਾ ਕਿ ਤੇਨਾਂ ਫੋਟੋ ਖਿਚਾ ਕੇ ਕੋਈ ਕਿੰਨੀ ਖੁਸ਼ੀ ਮਹਿਸੂਸ ਕਰਦਾ ਆ ਤੇ ਉਹਨੇ ਖੁਸ਼ੀਆਂ ਵੰਡਾ ਫੋਟੋ ਖਚਾਉਂਦੇ ਕੋਈ ਹਰ ਜਣੀ ਆ ਜੀ ਅੱਛਾ ਵੀਰੇ ਅਕਸਰ ਜਿਹੜੀਆਂ ਚੀਜ਼ਾਂ ਤੁਸਾਨੂੰ ਪ੍ਰੋਬਲਮ ਹੁੰਦੀ ਤਾਂ ਆਪਾਂ ਨੂੰ ਲੱਗ ਲੱਗ ਜਾਂਦਾ ਵੀ ਸ਼ਾਇਦ ਅਸੀਂ ਵੀ ਨਾਰਮਲ ਹੋਈਏ ਹਨਾ ਵੀ ਤੁਸੀਂ ਮੰਨਦੇ ਹੋ ਕਿ ਇਹ ਚੀਜ਼ ਜਿਹੜੀ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ ਤੁਸੀਂ ਆਪਣੇ ਆਪ ਨੂੰ ਲੱਕੀ ਮੰਨਦੇ ਹੋ ਬਹੁਤ ਜ਼ਿਆਦਾ ਲੱਕੀ ਮੰਨਦਾ ਜੀ ਬਹੁਤ ਜ਼ਿਆਦਾ ਲੱਕੀ ਦੁਨੀਆਂ ਦੇ ਚੁਰਿੰਦੇ ਬੰਦਿਆਂ ਚਾਉਣਾ ਜੀ ਮੈਂ ਬੰਬਲ ਜਿਹਦੇ ਜਿਹੇ ਚੁਣਦੇ ਅਮੀਰ ਹੁੰਦੇ ਆ ਤੂੰ ਨਹੀਂ ਤੇ ਲੰਮੇ ਬੰਦੇ ਚੋਂਦਾ ਜੀ ਮੈਂ ਚਲੋ ਵਰਲਡ ਦੇ 5ਵੇਂ 6ਵੇਂ 7ਵੇਂ ਨੰਬਰ ਤੇ ਹੁੰਦੇ ਹੋਵਗੇ ਜੋ ਕੋਈ ਹੋਰ ਨੱਬਾ ਹੋਊਗਾ ਮੇਰੇ ਨਾਲੋਂ ਤੇ ਅੱਛਾ ਜਦੋਂ ਜਨਮ ਹੋਇਆ ਸੀ ਉਦੋਂ ਕਿੰਨੀ ਹਾਈਟ ਸੀ ਤੁਹਾਡੀ ਇਹ ਤੇ ਬੇਬੇ ਨੂੰ ਪਤਾ ਹੋਊਗਾ ਜੀ ਬਾਕੀ ਹੋੜ ਕਦੀ ਪੁੱਛਿਆ ਨਹੀਂ ਤੁਸੀਂ ਗੱਲਬਾਤ ਨਹੀਂ ਕੀਤੀ ਨਹੀਂ ਨਾਰਮਲ ਸੀ ਕੀ ਬਾਕੀ ਇਹ ਆ ਕਿ ਗਰੋਥ ਜਿਆਦਾ ਸੀ ਨਾਰਮਲ ਬੱਚਿਆਂ ਨਾਲ ਅੱਛਾ ਜਦੋਂ ਕਲਾਸ 'ਚ ਵੀ ਹੈ ਨਾ ਇੰਨੇ ਵੱਡੇ ਤੁਹਾਡੀ ਹਾਈਟ ਹੁੰਦੀ ਹੋਊਗੀ ਤਾਂ ਵੀ ਬੱਚੇ ਕਹਿੰਦੇ ਹੋਣਗੇ ਕਿ ਇਹ ਤਾਂ ਅਗਲੀ ਕਲਾਸ ਦਾ ਬੱਚਾ ਆ ਇਹ ਬੜੀ ਪਰੇਸ਼ਾਨੀ ਹੁੰਦੀ ਰਹੀ ਹੈ ਜੀ ਬੜੇ ਮਤਲਬ ਹਾਰੇਕ ਦੀ ਮਾਨਸਿਕਤਾ ਪੂ ਆਪਣੀ ਹੁੰਦੀ ਆ ਬੜੇ ਗਲਤ ਕਮੈਂਟ ਸਾਨੂੰ ਮਿਲਦੇ ਰਹੇ ਆ ਜੀ ਅੱਛਾ ਹਾਂਜੀ ਇਹ ਕਿ ਤੁਰੇ ਜਾਂਦਾ ਹੋਏ ਹਾਥੀ ਓਏ ਪਰ ਲੋਕਾਂ ਜਿਹੜੇ ਪਤਾ ਹਾਥੀ ਕੀ ਚੀਜ਼ ਆ ਹਾਥੀ ਸਭ ਤੋਂ ਵੱਡੀ ਆ ਹਾਥੀ ਸ਼ੇਰ ਸ਼ੇਰ ਡਰਦਾ ਹਾਥੀ ਤੋਂ ਠੀਕ ਆ ਨਾ ਹਾਥੀ ਕੋਲੋਂ ਹੀ ਮੈਂ ਆਪਣੇ ਆਪ ਨੂੰ ਇੱਕ ਮਤਲਬ ਬੜਾ ਪ੍ਰਾਊਡ ਫੀਲ ਕਰਦਾ ਕੋਈ ਟੈਨਸ਼ਨ ਨਹੀਂ ਆਵੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਇੱਕ ਗੱਲ ਹੋਰ ਜਾਣਨਾ ਚਾਹੁੰਦੀ ਆ ਪੰਜਾਬ ਪੁਲਿਸ ਦੇ ਵਿੱਚ ਸੀਗੇ ਹੁਣ ਤੁਸੀਂ ਔਨ ਡਿਊਟੀ ਹੋ ਮੇਜੀ ਮੈਂ 2021 ਚ ਰਿਜ਼ਾਈਨ ਕਰਤਾ ਸੀਗਾ ਅੱਛਾ ਕਾਰਨ ਸਾਡੇ ਗਰੁੱਪ ਦੇ ਸ਼ੋ ਹੁੰਦੇ ਬਾਹਰ ਇੰਟਰਨੈਸ਼ਨਲ ਲੈਵਲ ਦੇ ਤੇ ਜਿਵੇਂ ਪਿਛਲੇ ਸਾਲ ਤਿੰਨੇ ਸ਼ੋ ਸੀਗੇ ਸਾਡੇ ਆਸਟ੍ਰੇਲੀਆ ਫਰਾਂਸ ਔਰ ਅਮਰੀਕਾ ਐ ਸਾਲ ਤੁਸੀਂ ਸ਼ੋ ਸਾਡੇ 2023 ਦੇ ਵਿੱਚ ਸਪੇਨ ਬ੍ਰਿਟੇਨ ਤੇ ਗ੍ਰੀਸ ਤੇ ਫਿਰ 2019 ਚ ਜਦੋਂ ਅਮਰੀਕਾ ਗਏ ਸਾਂ ਤੇ ਡਿਪਾਰਟਮੈਂਟ ਇੰਨੀ ਵਾਰ ਅਲਾਉ ਨਹੀਂ ਕਰਦਾ ਟਰੈਵਲ ਕਰਨਾ ਕੰਟਰੀ ਲੀਵ ਕਰਨਾ ਫਿਰ ਇਸ ਲਈ ਸ਼ਰਤ ਹੈ ਜੀ ਪੈਨਸ਼ਨ ਲੈ ਲਈ ਮੈਂ ਦੇ ਅੱਛਾ ਮੈਂ ਇੱਕ ਚੇਅਰ ਮੰਗਵਾਉਣਾ ਚਾਹੂੰਗੀ ਜਦੋਂ ਵੀਰ ਹੁਣੇ ਬਹਿੰਦੇ ਆ ਨਾ ਤੇ ਸਾਡੇ ਫੇਰ ਲੈਵਲ ਇਹਨਾਂ ਦੀ ਜਿਹੜੀ ਹਾਈਟ ਹੁੰਦੀ ਆ ਫੇਰ ਗੱਲ ਹੁੰਦੀ ਆ ਮੇਰੀ ਵਾਕਿਆ ਬਿਲਕੁਲ ਮਾਂਜ ਦਰਦ ਹੋਣ ਲੱਗਿਆ ਮੈਂ ਇੱਕ ਵਾਰੀ ਬਹਿ ਕੇ ਵੀ ਦਿਖਾਉਣਾ ਚਾਹਨੀ ਆ ਕਿ ਵੀਰ ਹੁਣਾਂ ਦੇ ਬੈਠਿਆਂ ਦੀ ਹਾਈਟ ਬਹੁਤ ਹੁੰਦੀ ਆ ਮੈਂ ਕੁਰਸੀ ਤੇ ਚੜਾਂ ਤਾਂ ਫੇਰ ਵੀ ਫੇਰ ਵੀ ਮੈਂ ਛੋਟੀ ਰਹਿ ਜਾਨੀ ਆ ਫੇਰ ਵੀ ਵੀਰ ਦੀ ਇੱਛਾ ਜਿਹੜੀ ਉਹ ਪੂਰੀ ਨਹੀਂ ਹੁੰਦੀ ਕਿ ਉਹ ਕਿਸੇ ਨਾਲ ਉੱਪਰ ਮੂੰਹ ਚੱਕ ਕੇ ਗੱਲ ਕਰ ਸਕੇ ਹਨ ਵੀਰੇ ਤੇ ਵੀ ਲੈਵਲ ਛੋਟਾ ਜੀ ਮੈਂ ਵੇਖਿਆ ਬਾਹ ਥੱਕ ਗਈ ਹਣੀ ਮੈਂ ਤੇ ਕੁਰਸੀ ਲੈ ਲਓ ਜੀ ਇਹਨਾਂ ਨੂੰ ਜੰਗਾ ਦੇ ਅੱਛਾ ਜੇ ਜੇ ਵੀਰ ਹੁਣੇ ਬੈਠਣ ਤਾਂ ਮੈਂ ਚੇਅਰ ਸਾਫ਼ ਕਰ ਦਿੰਦੀ ਫੇਰ ਹੁਣੇ ਬੈਠਣ ਤਾਂ ਮੇਰੇ ਨਾਲ ਜਿਹੜੀ ਇਹਨਾਂ ਦੀ ਹਾਈਟ ਜਿਹੜੀ ਆ ਉਹ ਮਿਲਦੀ ਆ ਹਾਂ ਹੁਣ ਬਰਾਬਰ ਜਿਹੜੀ ਹੁੰਦੀ ਆ ਬੈਲੈਂਸ ਹੁੰਦਾ ਆ ਹਨਾ ਵੀਰੇ ਫੇਰ ਜਦੋਂ ਕਿਸੇ ਨਾਰਮਲੀ ਘਰ ਚ ਗੱਲ ਕਰਨੀ ਹੁੰਦੀ ਤਾਂ ਫੇਰ ਐਵੇਂ ਕਰਦੇ ਹੋ ਫੇਰ ਐਵੇਂ ਹੀ ਕਰਨੀ ਪਏਗੀ ਜੀ अच्छा ਜੇ ਬੈਜੇ ਤਾਂ ਫਿਰ ਵੀ ਉਹ ਉਹ ਹਿਸਾਬ ਕਿ ਤਾਂ ਵੀਰ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਨਿਮਰਤਾ ਤੁਹਾਡਾ ਸੁਭਾਅ ਜਿਹੜਾ ਹੈ ਉਹ ਬਹੁਤ ਸੋਹਣਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਿਤੇ ਟਾਈਮ ਦਿੱਤਾ ਉਹ ਵੈਗ ਤੋਂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਜਿਹਾ ਰੱਖੇ ਜੀਦੇ ਵਸਦੇ ਰਹੋ ਸਾਰੇ ਪੰਜਾਬੀਓ ਤਰੱਕੀ ਆ ਮੰਨੋ ਇਕੱਠੇ ਰਹੋ ਤੇ ਇਹ ਲੜਨ ਲੁੜਨ ਦਾ ਪ੍ਰੇਜ ਕਰੋ ਜਿਹੜੇ ਜਾਤ ਪਾਤ ਦੇ ਜਿਹੜੇ ਆ ਲੜਾਈਆਂ ਆ ਇਹਨਾਂ ਦਾ ਪ੍ਰੇਜ ਕਰੋ ਵੀਰ ਜੀ ਹੋਰ ਸਿੱਖੀ ਸਰੂਪ ਦੇ ਵਿੱਚ ਬਾ ਕਮਾਲ ਲੱਗਦੇ ਹੋ ਤੁਹਾਡੀ ਜਿਹੜੀ ਪਰਸਨੈਲਿਟੀ ਆ ਉਹਨੂੰ ਚਾਰ ਚੰਨ ਲੱਗ ਜਾਂਦੇ ਆ ਏਗਰੋ ਸਾਹਿਬ ਦੀ ਕਿਰਪਾ ਹੀ ਮਾਲਕ ਦੇ ਰੂਪ ਹੀ ਐਸਾ ਬਖਸ਼ਿਆ ਜਿਹੋ ਜੇ ਮਤਲਬ ਸਿੱਖੀ ਸ੍ਰੂਪ ਵਾਲਾ ਕਿ ਜਦੋਂ ਤਿਆਰ ਹੋਈਦਾ ਜਦੋਂ ਇੱਕ ਰੂਪ ਹੀ ਵੱਖਰਾ ਹੋ ਜਾਂਦਾ ਜੀ ਬਿਲਕੁਲ ਬਹੁਤ ਬੇਸ਼ੱਕ ਇਹ ਗੱਲ ਵਰਗਣੀ ਸੋ ਜੀ ਇਸੇ ਸਾਡੇ ਨਾਲ ਵੀਰ ਜੀ ਹੁਣੇ ਤੇ ਇਹਨਾਂ ਦੀ ਵੀਡੀਓ ਦੇਖ ਕੇ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਗਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ